चाह पी के मैं और नहीं यार आ रही चाह बस दो मिनट चाह जानी उन्हें चाह दी कोई गल नहीं मैं चाह का मसला ही हाँ पानी मंगा लिए पानी मंगा लिए चुप रहा कर दे अज रोटी तो आप लेट हुए सारे फैसला बाद पानी पानी तो चुप रहा कर कोई जरूरी तो हर गल च बोलना होगा चलो कभी खामोश रहा कर ਨਾਲੇ ਹਰ ਗੱਲ 'ਚ ਪਾਣੀ ਨਹੀਂ ਨਾ ਪਾਈਦਾ ਪੁੱਤਰ ਜਾਣ ਦੇ ਬਸ ਹੋ ਗਿਆ ਜਿਹੜਾ ਇੱਕ ਹੋਣਾ ਸੀ ਗੱਲਾਂ ਕਰਨ ਹੁਣ ਮੈਂ ਸੱਚਮੁੱਚ ਚਾਹ ਹੋਈ ਤੁਹਾਡੇ ਕੋਲ ਸਾਲੇ ਮੇਰੇ ਲਈ ਨਾ ਸ਼ਾਦੀ ਹੈ ਅੱਛਾ ਮਾਸ਼ਾਅੱਲਾ ਇਹਦੀ ਆਪਣਾ ਸ਼ਾਦੀ ਮੈਂ ਉਦੋਂ ਤੁਹਾਨੂੰ ਮਿਲਾਇਆ ਨਹੀਂ ਜਿਹੜਾ ਆਹੋ ਉਹਦੀ ਅਤੇ ਸ਼ਾਦੀ ਹੈਗੀ ਆ ਕੰਮ ਕੁੰਮ ਤਾਂ ਕਰਦਾ ਕੋਈ ਨਹੀਂ ਉਹ ਨਹੀਂ ਭਾਈ ਨੇ ਉਹਨੂੰ ਕੰਮ ਸ਼ੁਰੂ ਕੀਤਾ ਅੱਛਾ ਹਾਂ ਕਬਾੜ ਦਾ ਕੰਮ ਕਰਦਾ ਹੁਣ ਅੱਛਾ ਖਾਸਾ ਕੰਮ ਲੱਗਦਾ ਨਹੀਂ ਸੀ ਕੋਈ ਕੰਮ ਲੱਗੇਗਾ ਨਹੀਂ ਉਹ ਕਬਾੜ ਨਹੀਂ ਹੈਗਾ ਜਿਹੜਾ ਮਤਲਬ ਵੱਡਾ ਹੁੰਦਾ ਚਲੋ ਗੁਜ਼ਰ ਬਸਰ ਸ਼ੁਕਰ ਕਰ ਰੋਟੀ ਪਾਣੀ ਦਿਹਾੜੀ ਪਾ ਇੰਨੀ ਥੋੜ੍ਹੀ ਹੈਗੀ ਕਿ ਬੰਦਾ ਮਤਲਬ ਤੁਹਾਡੇ ਤੇ ਉਸ ਤੋਂ ਬਾਅਦ ਆਪਣੇ ਜੋਗਾ ਹੋ ਜਾਏ ਜਾਂ ਘਰ ਲੈਣ ਲੱਗ ਪਏ ਥੋੜ੍ਹੀ ਗੱਲ ਹੁੰਦੀ 2-3 ਹਜ਼ਾਰ ਰੁਪਏ ਦਿਹਾੜੀ ਪਾ ਰਹੇ ਆ ਹੋਰ ਉਹਨੂੰ ਕੀ ਚਾਹੀਦਾ ਅਤੇ ਸ਼ਾਦੀ ਆ ਭਾਈ ਨੂੰ ਉਹਦੀ ਅੱਛਾ ਜੁਮੇ ਸ਼ਾਦੀ ਜਲਦੀ ਨਹੀਂ ਰੱਖ ਲਈ ਉਹਦੀ ਜੁਮਨੇ ਪੈ ਉਹ ਪਹਿਲਾਂ ਹੀ ਮੰਗਣੀ ਹੋਈ ਸੀ ਨਹੀਂ ਅਜੇ ਤਾਂ ਮਤਲਬ ਮਹੀਨਾ ਵੀ ਨਹੀਂ ਉਹਨੂੰ ਕੰਮ ਉੱਤੇ ਲੱਗਿਆ ਉਹਨੂੰ ਐਨਾ 2-3 ਹਜ਼ਾਰ ਰੁਪਏ ਨਾ ਉਹ ਜਿੱਥੇ ਵਿਆਹ ਆ ਨਾ ਹਾਂ ਬੱਚੀ ਉਹਦਾ ਭਰਾ ਜਿਹੜਾ ਆ ਹਾਂ ਉਹ ਉਹਦਾ ਕੋਈ ਟਿਕਟ ਲੱਗਾ ਬਾਹਰ ਬੂਰ ਜਾਣ ਦਾ ਚੱਕਰ ਅਤੇ ਇਹਨੇ ਬਾਹਰ ਚਲਾ ਜਾਣਾ ਨਹੀਂ ਉਹ ਕਹਿੰਦਾ ਸੀ ਮੈਂ ਜਾਂਦਾ ਚਲੋ ਯਾਰ ਮੈਂ ਆਪਣੀ ਭੈਣ ਦਾ ਦਿਨ ਸੁੱਧ ਜਿਹੜਾ ਆਪ ਕਰਕੇ ਚਲੇ ਜਾ ਉਹ ਪਤਾ ਲੱਗਾ ਨਾ ਮੁੰਡਾ ਸਕਰੈਪ 'ਤੇ ਲੈਂਦਾ ਹੀ ਹੈ ਚਲੋ ਭੈਣ ਵੀ ਦੇ ਦੇਣ ਰਿਸ਼ਤਾ ਹੋ ਜਾਵੇ ਵਿਆਹ ਹੋ ਜਾਵੇ ਜ਼ਿੰਦਗੀ ਠੀਕ ਹੈ ਮੁੰਡਾ ਸਕਰੈਪ ਲੈਂਦਾ ਨਾ ਅਤੇ ਉਹ 3 ਹਜ਼ਾਰ ਦਿਹਾੜੀ ਪਾਉਂਦਾ ਤਾਂ ਕਰਕੇ ਉਹਦਾ ਰਿਸ਼ਤਾ ਰੁਸ਼ਤਾ ਸ਼ੁਰੂ ਕਰ ਲਿਆ 4 ਪੈਸੇ ਇਕੱਠੇ ਹੋ ਗਏ ਸ਼ੁਕਰ ਆ ਅੱਲਾ ਦਾ ਕੰਮ ਤਾਂ ਕਰਦਾ ਹੈ ਨਾ ਗੱਲ ਕਿਹੜੀ ਪਹਿਲਾਂ ਕਿਹੜੀ ਗੱਲ ਕਰਕੇ ਕੁਛ ਵੀ ਨਹੀਂ ਮੈਂ ਕਿਹਾ ਮੁੰਡਾ ਸਕਰੈਪ ਲੈਂਦਾ ਅਤੇ ਉਹ ਨਾ ਅਸੀਂ ਗੱਲ ਨਹੀਂ ਕਰਨੀ ਤੈਨੂੰ ਪਤਾ ਰਿਸ਼ਤੇਦਾਰੀ ਦੇ ਮਾਮਲੇ 'ਚ ਜਾਂ ਕਿਸੇ ਨਹੀਂ ਮੈਂ ਨਹੀਂ ਕਰਦਾ ਮੈਂ ਮੁੰਡੇ ਦਾ ਕੰਮ ਬਦਲ ਲੈਣਾ ਤੇਰਾ ਤਲਕ ਹੀ ਨਹੀਂ ਹੈਗਾ ਇਸ ਗੱਲ ਦੇ ਨਾਲ ਤੂੰ ਚੁੱਪ ਕਰ ਤੇਰਾ ਅੱਛਾ ਉਹ ਸ਼ਾਦੀ ਹੈ ਜੁਮੇ ਦਿਨ ਭਾਈ ਨੇ ਅੱਛਾ ਅਤੇ ਜੁਮੇ ਵਾਲੇ ਦਿਨ ਛੁੱਟੀ ਹੁੰਦੀ ਗੱਡੀ ਮੈਂ ਲੈਣੀ ਸੀ ਰੈਂਟ ਛੁੱਟੀ ਵਿਆਹ 'ਤੇ ਕਦੋਂ ਛੁੱਟੀ ਹੁੰਦੀ ਪਾਗਲ ਦੀ ਨਹੀਂ ਸਾਜੂ ਉਹ ਦੁਕਾਨ ਤੋਂ ਛੁੱਟੀ ਹੁੰਦੀ ਹੈ ਨਾ ਮੁੰਡੇ ਨੂੰ ਤਾਂ ਵਿਆਹ ਰੱਖ ਲਿਆ ਹਫ਼ਤੇ ਨੂੰ ਯਾਰ ਦੁਕਾਨ ਵਾਜੇ ਵਾਲਾ ਮੁੰਡਾ ਮਰਜ਼ੀ ਖੋਲੇ ਜਦੋਂ ਮਰਜ਼ੀ ਬੰਦ ਕਰੇ ਤੇ ਗੱਡੀ ਮੈਂ ਰੈਂਟ ਤੇ ਗਿਆ ਤੇ ਗੱਡੀ ਉੱਥੇ ਵੇਖੀ ਉੱਥੇ ਮੈਨੂੰ ਯਾਦ ਆਇਆ ਮੈਂ ਕਿਹਾ ਯਾਰ ਭਾਈ ਨੇ ਗੱਡੀਆਂ ਹੈਗੀਆਂ ਚਲੋ ਗੱਡੀ ਲੈ ਜਾਵਾਂਗਾ ਚਲ ਸ਼ਾਦੀ ਦੇ ਕੇ ਮਾਂ ਬਾਪ ਚੱਲ ਕੀ ਹੋਇਆ ਕੀ ਹੋਇਆ ਤੈਨੂੰ ਹੈ ਤੂੰ ਕਦ ਲਈ ਉਹਨਾਂ ਨਾਲ ਐਡਾ ਮਜ਼ਾਕ ਲੱਗਣਾ ਇਹਦਾ ਸਾਲਾ ਕੋਈ ਐਡਾ ਅਹਿਮ ਨਹੀਂ ਹੈ ਯਾਰ ਸਾਲਾ ਨਹੀਂ ਮੈਂ ਤਾਂ ਉਹਨੂੰ ਦੇਖਣਾ ਮੈਂ ਤਸਲੀਮ ਨੂੰ ਦੇਖਣਾ ਅਤੇ ਸਾਲੇ ਨੂੰ ਦੇਖਣਾ ਭਾਜੀ ਇਹਦਾ ਮੂੰਹ ਬੰਦ ਕਰੋ ਮੈਂ ਵੀ ਭਾਵ ਦਾ ਕੁੱਤੇ ਹੋਊਗਾ ਨਹੀਂ ਇਹ ਬੰਦਾ ਹੋਰ ਲਹਿਜ਼ੇ ਨਾਲ ਗੱਲ ਕਰ ਰਿਹਾ ਇਹਨੂੰ ਆਪ ਜ਼ਰਾ ਸਮਝਾਓ ਤੁਹਾਡੀ ਮਿਹਰਬਾਨੀ ਅੱਛਾ ਤਾਂ ਗੱਡੀ ਚਾਹੀਦੀ ਹੈ ਗੱਡੀ ਭਾਜੀ ਚਾਹੀਦੀ ਹੈ ਅਤੇ ਵਲੀਮੇ ਤੋਂ ਬਾਅਦ ਆਉਂਦਾ ਮੈਂ ਬੱਚਿਆਂ ਨੂੰ ਲੈ ਕੇ ਜਾਣਾ ਵਲੀਮੇ 'ਤੇ ਮਹਿੰਦੀ ਆ ਅੱਛਾ ਇਹ ਹਫ਼ਤੇ ਦੀ ਬਰਾਤ ਵਿਆਹੁਣ ਜਾਣਾ ਹਾਂ ਵਲੀਮੇ ਵਾਲੇ ਦਿਨ ਬਾਅਦ ਤੁਹਾਨੂੰ ਨਹੀਂ ਤਾਂ ਮਤਲਬ ਸਜਾਣੀ ਹੈ ਗੱਡੀ ਜਾਂ ਤੁਸੀਂ ਆਪਣੀ ਫੈਮਿਲੀ ਨਹੀਂ ਸਜਾਣੀ ਹੈ ਭਾਜੀ ਅੱਛਾ ਆਪਣੀ ਫੈਮਿਲੀ ਤਾਂ ਚਿੰਗਜੀ 'ਤੇ ਵੀ ਲੈ ਕੇ ਜਾਂਦਾ ਰਿਹਾ ਸਹੁਰਿਆਂ ਦੇ ਐਡੀ ਗੱਲ ਹੀ ਨਹੀਂ ਹੈਗੀ ਕਿ ਵੀ ਜਦੋਂ ਗੱਡੀ ਵੱਲ ਜਾਣਾ ਜਾਂ ਉਹਨਾਂ ਨੂੰ ਪਤਾ ਨਾ ਹੋਵੇ ਵੀ ਭਾਈ ਕੀ ਕਰਦਾ ਕੀ ਖਵਾਉਂਦਾ ਕੀ ਪਿਆਉਂਦਾ ਕੋਲੋਂ ਕੁਛ ਹੁਣ ਖਾ ਲੈਣਾ ਰਿਵਾਜ ਪਿਆ ਮਾੜੇ ਬੰਦਿਆਂ ਦਾ ਨਾ ਵਿਆਹ ਤੇ ਗੱਡੀ 'ਚ ਫੈਮਿਲੀ ਲੈ ਕੇ ਜਾਣੀ ਆ ਗੱਡੀ 'ਚ ਲੈ ਜਾਂਦੇ ਅੱਗੇ ਬੰਨ ਕੇ ਲੈ ਜਾਂਦੇ ਨਾਲੇ ਸਾਰਿਆਂ ਦਾ ਹੱਕ ਹੈ ਸਾਰਿਆਂ ਦਾ ਦਿਲ ਕਰਦਾ ਮੇਰੀ ਗੱਡੀ ਅਗਰ ਉਹਦੇ ਕੰਮ ਆ ਜਾਏਗੀ ਤਾਂ ਕਿਹੜੀ ਕਿਆਮਤ ਆ ਜਾਏਗੀ ਜੀ ਅੱਗੇ ਪਿੱਛੇ ਮੋਟਰਸਾਈਕਲ ਤੇ ਟੈਂਕੀ ਤੋਂ ਅੱਗੇ ਤੱਕ ਬੱਚੇ ਪਾਏ ਹੁੰਦੇ ਉਦੋਂ ਵੀ ਤੇ ਸਹੁਰਿਆਂ ਦੇ ਜਾਂਦੇ ਉਦੋਂ ਕਿਹੜਾ ਘਰੋਂ ਕੱਢ ਦਿੰਦੇ ਆ ਵੀ ਅੱਜ ਗੱਡੀ ਤੇ ਜਾਣਾ ਬੋਲੀ ਜਾਏ ਤੂੰ ਤੇਰਾ ਤੇ ਹੁੰਦਾ ਕਿ ਬਸ ਚਲੋ ਤੂੰ ਵੀ ਤਾਂ ਨਾਲ ਲੈ ਕੇ ਫਿਰਨਾ 24 ਘੰਟੇ ਮੈਂ ਨਾਲ ਲੈ ਕੇ ਤੂੰ ਫਿਰ ਮੈਂ ਤਾਂ ਆਇਆ ਤੇ ਰਸਤੇ 'ਚ ਮੈਨੂੰ ਮਿਲਿਆ ਉਹ ਕਹਿੰਦਾ ਜੀ ਮੈਂ ਕਿਹਾ ਕਿ ਭਾਈ ਤੂੰ ਕਹਿੰਦਾ ਕਿੱਧਰ ਚੱਲਾ ਮੈਂ ਕਹਿੰਦਾ ਤੇਰਾ ਭਾਈ ਆਉਂਦਿਆਂ ਮੈਨੂੰ ਕਹਿੰਦੇ ਜੀ ਮੈਂ ਆਈਡੀਆ ਦਿੱਤਾ ਕਿ ਗੱਡੀ ਭਾਈ ਤੇ ਤੂੰ ਲੈ ਲੈ ਕਹਿੰਦਾ ਮੈਂ ਕਿਹਾ ਇਹ ਤਾਂ ਪਰਸੋਂ ਇਹਨੇ ਮੈਨੂੰ ਕਿਹਾ ਸੀ ਜਦੋਂ ਮੈਨੂੰ ਕਿਹਾ ਮੈਂ ਕਿਹਾ ਗੱਡੀ ਮੈਂ ਲੈਣੀ ਆ ਰੈਂਟ 'ਤੇ ਤੂੰ ਲੈ ਕੇ ਦੇ ਕਹਿੰਦਾ ਭਾਈ ਨੂੰ ਵੀ ਗੱਡੀਆਂ ਇੰਨੀਆਂ ਖੜੀਆਂ ਭਾਈ ਦੀਆਂ ਤੂੰ ਲੈ ਜਾ ਸ਼ਿੰਗਾਰ ਕੇ ਲੈ ਜਾ ਕੋਈ ਨਹੀਂ ਹਾਂ ਮੈਂ ਵਲੀਮੇ ਵਾਲੇ ਦਿਨ ਉਹ 2-4 ਦਿਨ ਬਾਅਦ ਲੈ ਕੋਈ ਨਹੀਂ ਖਾਇਆ ਨਹੀਂ ਵਲੀਮੇ ਭਾਈ ਮੈਂ 10 ਦਿਨ 15 ਦਿਨ ਜਿੰਨਾ ਮਰਜ਼ੀ ਰੱਖ ਮੇਰੇ ਕੋਲ ਹੈ ਨਾ ਦੂਜੀਆਂ ਗੱਡੀਆਂ ਮੈਂ ਉਹਦੇ 'ਤੇ ਆਉਂਦਾ ਜਾਂਦਾ ਰਹਾਂਗਾ ਤੂੰ ਆਪਣੇ ਇਸਤੇਮਾਲ ਕਰ ਆਰਾਮ ਨਾਲ ਬੱਚਿਆਂ ਨੂੰ ਲਿਜਾ ਦੱਸ ਉਹਨਾਂ ਨੂੰ ਵੀ ਕਿ ਅੰਕਲ ਦੀ ਗੱਡੀ ਮੈਂ ਹੀ ਗੱਲ ਕਰ ਬੈਠਾ ਸੀ ਵੀ ਭਾਈ ਕੋਲ ਲੈ ਲਓ ਗੱਡੀ ਮੈਂ ਗਾਂਹ ਤੋਂ ਨਹੀਂ ਕੋਈ ਗੱਲ ਕਰਾਂਗਾ ਧਿਆਨ ਮੈਨੂੰ ਗੱਡੀ ਤੂੰ ਕਰ ਤੇਰੀ ਹੈ ਗੱਡੀ ਮੈਨੂੰ ਪਤਾ ਨਹੀਂ ਮੇਰੀ ਮੈਨੂੰ ਨਹੀਂ ਪਤਾ ਹੈਗਾ ਵੀ ਉਹਨਾਂ ਕੋਈ ਗੱਡੀਆਂ ਹੈਗੀਆਂ ਤੇਰਾ ਕੋਈ ਦੱਸਣਾ ਜ਼ਰੂਰੀ ਹੈ ਵੀ ਤੂੰ ਮੈਨੂੰ ਦੱਸਦਾ ਗੁਨਾਹ ਹੋ ਗਿਆ
ਮੈਨੂੰ ਨਹੀਂ ਪਤਾ ਕੋਈ ਗੱਡੀਆਂ ਉਹਨਾਂ ਕੋਲ ਹੈਗੀਆਂ ਉਹਨਾਂ ਕੋਲ ਗੱਡੀਆਂ ਤਾਂ ਫਿਰ ਮੂੰਹ ਬੰਦ ਰੱਖ ਪੁੱਛ ਲਓ ਚਲਾਉਣੀ ਆਉਂਦੀ ਹੈ ਕਿ ਨਹੀਂ ਮੈਂ ਤੁਹਾਨੂੰ ਸਹੀ ਉਹ ਡਰਾਈਵਰ ਚਲਾਏਗਾ ਆਪ ਚਲਾਉਣੀ ਭਾਈ ਨੂੰ ਮੈਂ ਆਪ ਵੀ ਚਲਾ ਲੈਂਦਾ ਮੁੰਡਾ ਜਿਹੜਾ ਮੇਰਾ ਕਜ਼ਨ ਹੈਗਾ ਉਹ ਵੀ ਚਲਾ ਲੈਂਦਾ ਮੁੰਡਾ ਓਏ ਆਹ ਤਾਂ ਤੇਰੇ ਮਤਲਬ ਸਾਰੀ ਜ਼ਿੰਦਗੀ ਉਹ ਪੈਦਲ ਫਿਰਦਾ ਪਿਆ ਜਿਹੜੀ ਮਤਲਬ ਆਉਣਾ ਜਾਣਾ ਉਹਦਾ ਕਰਦਾ ਉਹ ਆਪ ਇੱਦਾਂ ਦੇ ਖਾਨਦਾਨ ਦਾ ਨਾ ਸਾਰੀ ਜ਼ਿੰਦਗੀ ਚਾਰਾਂ ਦਾ ਸਾਈਕਲ ਹੀ ਨਸੀਬ ਹੋਇਆ ਉਹ ਆਪ ਘਟੀਆ ਜਿਹਾ ਬੰਦਾ ਹੈ ਤੁਹਾਡੇ ਨੂੰ ਵੀ ਇਹ ਸਮਝਦਾ ਹੈ ਇਹਨਾਂ 'ਚੋਂ ਜਿਹਨੂੰ ਗੱਡੀ ਚਲਾਉਣੀ ਆਉਂਦੀ ਹੈ ਨਾ ਇੱਕੋ ਹੀ ਬੰਦਾ ਰਿਸ਼ਤੇਦਾਰਾਂ 'ਚੋਂ ਮੌਤ ਦੇ ਖੂਹ ਚਲਾਉਂਦਾ ਵਾ ਉੱਥੋਂ 700 ਰੁਪਈਆ ਦਿਹਾੜੀ ਲੈਂਦਾ ਬੱਗੇ ਦੀ ਗੱਲ ਕਰਦਾ ਜਿੰਨੀ ਦਿਨ ਮਰਜ਼ੀ ਲਿਜਾ ਤੇਰੀ ਆਪਣੀ ਗੱਡੀ ਇਹਦੇ ਬੱਚੇ ਕਦੀ ਨਹੀਂ ਗਏ ਚੰਗੀ ਸਵਾਰੀ 'ਚ ਵਿੱਚ ਉਲਟੀਆਂ ਕਰਨਗੇ ਭਾਜੀ ਉਲਟੀਆਂ ਮੈਂ ਭੰਗੂੜਾ ਦੇਣ ਲੱਗਾ ਉਹਨੂੰ ਬੱਚਿਆਂ ਨੂੰ ਮੈਂ ਬੂੜਾ ਖੜਾ ਕੇ ਲੈ ਕੇ ਜਾਣਾ ਹੈ ਕੱਚੀਆਂ ਨਾੜਾਂ ਖਿਲਾਉਣੀਆਂ ਬੱਚਿਆਂ ਨੂੰ ਜਿਹੜਾ ਉਹਨਾਂ ਦਾ ਦਿਲ ਖਰਾਬ ਹੋਣਾ ਐਸਾ ਬੁਰਾ ਤੇਰਾ ਮੂੰਹ ਆ ਛੱਡਦਾ ਬੱਚੇ ਭਾਜੀ ਮੇਰੇ ਬੱਚੇ ਮੰਮੀ ਡੈਡੀ ਬੱਚੇ ਦੇਖੇ ਨੇ ਤੁਸੀਂ ਮਾਸ਼ਾਅੱਲਾ ਬੜੇ ਸੋਹਣੇ ਤੂੰ ਵੀ ਨਿਆਣਾ ਇੱਦਾਂ ਦਾ ਪਸਤੌਲਾ ਰਹੀਆਂ ਸ਼ਕਲਾਂ ਇਹਦੇ ਨਿਆਣਿਆਂ ਅੱਛਾ ਅੱਲਾ ਨੇ ਐਡੇ ਸੋਹਣੇ ਬੱਚੇ ਦਿੱਤੇ ਨੇ ਉਹਦਾ ਇੱਕ ਬੱਚਾ ਨਹੀਂ ਲੱਗਦਾ ਅੰਗਰੇਜ਼ ਦੇ ਬੱਚੇ ਲੱਗਦੇ ਮਾਸ਼ਾਅੱਲਾ ਉਸ ਭਾਜੀ ਨੇ ਵੇਖੇ ਨੇ ਚਿੱਟੇ ਸਫੈਦ ਚਿੱਟੇ ਸਫੈਦ ਮੇਰੇ ਕਿਉਂ ਨਹੀਂ ਲੱਗਦੇ ਚੰਗਾ ਹੋਇਆ ਵਾਲਦਾ ਤੇ ਚਲੇ ਗਏ ਸਾਰੇ ਮਾਂ ਤੇ ਤੇਰੇ ਤੇ ਜਾਂਦੇ ਅਜੀਬ ਟੋਰੇ ਮੋਹਣੇ ਹੋਣੇ ਆਪਣਾ ਦੇ ਦੇ ਆਪਣਾ ਫਲਕਸ਼ਰ ਗੱਡੀ ਦੀ ਚਾਬੀ ਤੇ ਭਾਜੀ ਨੂੰ ਤੇ ਆਪਣਾ ਚਲਾਉਣੀ ਨਹੀਂ ਜੇ ਆਉਂਦੀ ਅੱਗੇ ਤੁਹਾਡੀ ਮੌਜ ਆ ਮੈਂ ਤੁਹਾਨੂੰ ਟਾਈਮ ਨਾ ਦੱਸ ਦੇ ਮਾਰ ਦੋਗੇ ਤੇਰੇ ਮਾਰ ਦੇਵੇ ਟੁੱਟ ਭੱਜ ਜਾਊਗੀ ਮਰ ਜਾਵੇ ਲਿਆ ਪਿਆਲੀ ਨੱਕ ਡੋਬ ਕੇ ਮਰ ਜਾਵੇ ਹੁਣ ਭਰਾਵਾਂ ਤੋਂ ਚੀਜ਼ਾਂ ਚੰਗੀਆਂ ਹੁੰਦੀਆਂ ਨੇ ਮਤਲਬ ਮੈਂ ਲੋਹੇ ਦੀ ਖਾਤਰ ਆਪਣਾ ਚੰਗਾ ਭਲਾ ਭਰਾ ਨਾਰਾਜ਼ ਕਰਦੇ ਆ ਬਹੁਤ ਅੱਛਾ ਨਹੀਂ ਨਹੀਂ ਇਹ ਹੁੰਦਾ ਨਸਲੀ ਯਾਰਾਂ ਦਾ ਨਸਲੀ ਭਰਾ ਸ਼ਰਮ ਆਦਮੀ ਚਲੋ ਅੱਛਾ ਕੰਮ ਕਰ ਆਪਣਾ ਉਹ ਨਾ ਫੜ ਜ਼ਰਾ ਕਾਗਜ਼ ਪੈਨਸਲ ਫੜ ਤੂੰ ਕੀ ਖੈਰ ਆ ਸਰ ਪੂਰਾ ਤਾਂ ਫੜ ਜ਼ਰਾ ਇਹ ਤੇ ਨਾ ਇੱਕ ਤਹਿਰੀਰ ਲਿਖ ਤੁਸੀਂ ਮੈਨੂੰ ਕਹਿੰਦੇ ਮੈਂ ਤੈਨੂੰ ਸ਼ਾਇਰੀ ਲਗਾਉਣੀ ਹੈ ਉਹ ਸ਼ਾਇਰੀ ਨਹੀਂ ਲਿਖਾਉਣੀ ਪਾਗਲ ਹੋਇਆ ਤਹਿਰੀਰ ਕੀ ਸਾਜ ਤਹਿਰੀਰ ਦੂਜੇ ਸਫ਼ੇ ਤੇ ਲਿਖ ਸਾਫ਼ ਤੇ ਯਾਰ ਖਰਾਬ ਨਹੀਂ ਹੈ ਸਫ਼ਾ ਇੱਥੇ ਲਿਖ ਜੀ ਇੱਥੇ ਲਿਖ ਤਸਲੀਮ ਅਬਾਸ ਕੀ ਲਿਖਣ ਕੀ ਲੱਗਾ ਮੈਨੂੰ ਵੀ ਦੱਸੋ ਪਤਾ ਗੱਡੀ ਤੂੰ ਲੈ ਕੇ ਜਾਣੀ ਨਾ ਵੀਰੇ ਇੱਕ ਮਿੰਟ ਖਲੋ ਓਏ ਅਰਜ਼ੀ ਲਫੀਸੋ ਜਰਾ ਟਿਕ ਜਾ ਤੇਰੀ ਜ਼ੁਬਾਨ ਵੀ ਬਹੁਤ ਚੱਲਦੀ ਬਿੱਲ ਸਾਨੂੰ ਵੀ ਬੜੀ ਚੱਲਦੀ ਤਸਲੀਮ ਅਬਾਸ ਦੇਖੋ ਹੁਕਮ ਹੈਗਾ ਕਿ ਜਦੋਂ ਆਪਸ ਕੋਈ ਮਾਮਲਾ ਤੈਅ ਕਰੋ ਉਹਨੂੰ ਲਿਖ ਲਿਆ ਕਰੋ ਨਹੀਂ ਮਾਮਲਾ ਕੀ ਤੈਅ ਕਰੋ ਮਾਮਲਾ ਕਿ ਤੂੰ ਗੱਡੀ ਲੈ ਕੇ ਜਾਣੀ ਨਾ ਮੈਂ ਸਿਰਫ ਇਹ ਲਿਖਣਾ ਕਿ ਤਸਲੀਮ ਮੇਰੇ ਕੋਲੋਂ ਗੱਡੀ ਉਧਾਰੀ ਮੰਗ ਕੇ ਲੈ ਕੇ ਗਿਆ ਮੇਰੇ ਤੋਂ ਕੋਈ ਬੇਤਬਾਰੀ ਤੁਹਾਨੂੰ ਬੇਤਬਾਰੀ ਨਹੀਂ ਗੱਲ ਪਤਾ ਕੀ ਹੈ ਕੱਲ੍ਹ ਨੂੰ ਦੇਖੋ ਆਪਾਂ ਜਿਹੜੇ ਲੋਕ ਆ ਨਾ ਸਾਡੀ ਪ੍ਰੋਬਲਮ ਕੀ ਹੈ ਆਪਾਂ ਤੈਅ ਕਰਨ ਲੱਗਿਆਂ ਨਹੀਂ ਲੜਦੇ ਆਪਾਂ ਇੱਕ ਦੂਜੇ ਕੋਲ ਲੈਣ ਲੱਗਿਆਂ ਲੜ ਪੈਂਦੇ ਹਾਂ ਬਿਲਕੁਲ ਸਹੀ ਗੱਲ ਠੀਕ ਹੈ ਨਾ ਬੰਦਾ ਤੈਅ ਕਰਨ ਲੱਗਿਆਂ ਲੜ ਪਵੇ ਇਹ ਜਿਹੜਾ ਬੁਰਾ ਬਣਨਾ ਨਾ ਪੰਜ ਮਿੰਟ ਇਹ ਠੀਕ ਹੈ ਜਿਹੜਾ ਬਾਅਦ 'ਚੋਂ ਬੁਰਾ ਬਣਨਾ ਨਾ ਆਪਾਂ ਸਾਫ਼ ਹੋ ਗਿਆ ਉਹ ਵੀ ਸ਼ਨਾਖਤੀ ਕਾਰਡ ਮੰਗਦੇ ਆ ਸੈਨ ਕਰਾਉਂਦੇ ਆਸਲੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਤੇਰੇ ਕੋਲ ਪੈਸਾ ਮੰਗਣ ਡਿਆ ਤੂੰ ਗੱਡੀ ਲੈ ਕੇ ਜਾਣੀ ਹੈ ਅੱਜ ਲੈ ਕੇ ਜਾਣੀ ਹੈ ਅੱਜ ਤੋਂ ਬਾਅਦ ਗੱਡੀ ਤੇਰੇ ਕੋਲ ਇਹਦਾ ਪੈਟਰੋਲ ਖਰਚਾ ਖੁਰਚਾ ਸਾਰਾ ਤੇਰੇ ਜ਼ਿੰਮੇ ਬਿਲਕੁਲ ਠੀਕ ਠੀਕ ਹੈ ਕਿ ਨਹੀਂ ਮੈਂ ਤਾਂ ਨਹੀਂ ਨਾ ਦੇਣਾ ਹੁਣ ਉਸ ਤੋਂ ਬਾਅਦ ਜਦੋਂ ਤੂੰ ਵਾਪਸ ਕਰਨੀ ਹੈ ਤੂੰ ਮੈਨੂੰ ਧੋ ਕੇ ਉਸ ਤਰ੍ਹਾਂ ਹੀ ਵਾਪਸ ਕਰੇਗਾ ਨਾ ਮੈਨੂੰ ਚੱਲਦੀ ਵਾਪਸ ਆਏਗਾ ਨਾ ਗੱਡੀ ਆਹੋ ਮੈਂ ਧੋਵਾ ਲਾ ਠੀਕ ਹੈ ਨਾ ਹੁਣ ਕਮ ਅਜ਼ ਕਮ ਇੰਨਾ ਤਾਂ ਪਤਾ ਹੋਵੇ ਨਾ ਕਿ ਮੇਰੀ ਗੱਡੀ ਤੂੰ ਲੈ ਕੇ ਗਿਆ ਬਿਲਕੁਲ ਠੀਕ ਆ ਜੈਜ਼ ਤੇਰੇ ਕੋਲ ਆ ਮੇਰੀ ਗੱਡੀ ਕੱਲ੍ਹ ਨੂੰ ਰਸਤੇ 'ਚ ਕੋਈ ਚਲਾਨ ਹੋ ਜਾਂਦਾ ਕੋਈ ਐਸੀ ਗੱਲ ਹੋ ਜਾਂਦੀ ਠੀਕ ਹੈ ਕਿ ਨਹੀਂ ਮੇਰੇ ਕੋਲ ਇੱਥੇ ਲਿਖਿਆ ਪਿਆ ਵੀ ਤਸਲੀਮ ਲੈ ਕੇ ਗਿਆ ਤੇਰੇ ਕੋਲੋਂ ਕੋਈ ਗੱਡੀ ਖੋਲ ਲੈਂਦਾ ਖੁਦਾ ਨਾ ਖਾਸਤਾ ਠੀਕ ਹੈ ਨਾ ਇੱਥੇ ਮੇਰੇ ਕੋਲ ਤਾਂ ਹੋਏਗਾ ਨਾ ਵੀ ਤੂੰ ਮੁੱਕਰ ਜਾਏ ਜੀ ਮੈਂ ਤੁਹਾਡੇ ਕੋਲ ਲੈ ਕੇ ਨਹੀਂ ਗਿਆ ਗੱਡੀ ਭਾਜੀ ਕਿੱਦਾਂ ਦੀ ਗੱਲ ਕਰੀ ਜਾਂਦੀ ਯਾਰ ਗੱਲ ਦੇਖ ਲਓ ਤੂੰ ਗੁੱਸਾ ਨਾ ਕਰ ਇਸ ਗੱਲ ਦਾ ਨਹੀਂ ਗੁੱਸਾ ਮੈਂ ਕਦੀ ਹੋਇਆ ਨਹੀਂ ਇੱਦਾਂ ਹੁੰਦਾ ਕੋਈ ਦੋਸਤ ਗੱਡੀ ਲਵੋ ਤਾਂ ਅਗਲਾ ਕਹੋ ਕਿਸੇ ਬੰਦੇ ਨੂੰ ਫੋਨ ਕਰਕੇ ਪੁੱਛ ਲੈ ਕਿ ਜੀ ਮੈਂ ਭਾਜੀ ਕੋਲੋਂ ਗੱਡੀ ਮੰਗੀ ਹੈ ਠੀਕ ਹੈ ਅਤੇ ਉਹਨਾਂ ਨੇ ਅੱਗੋਂ ਮੈਨੂੰ ਇਹ ਕਿਹਾ ਕਿ ਆਪਾਂ ਲਿਖ ਲਈਏ ਕੋਈ ਇੱਕ ਬੰਦਾ ਵੀ ਇਹ ਗੱਲ ਕਹਿ ਦੇ ਵੀ ਮੈਂ ਗਲਤ ਗੱਲ ਕਰਨਾ ਪਿਆ ਨਾ ਭਾਜੀ ਨਸੂਲਾਂ ਦੇ ਪੱਕੇ ਮੈਂ ਮੋਟਰਸਾਈਕਲ ਲਿਆ ਸੀ ਮੇਰੇ ਕੋਲ ਸ਼ਨਾਖਤੀ ਕਾਰਡ ਇੱਦਾਂ ਹੀ ਸਾਰਾ ਕੁਝ ਲਿਖਾਇਆ ਸੀ
ਮੈਂ ਦੇਤਾ ਉਹ ਮੈਂ ਕਿਸਤਾਣਾ ਪਾਪਾ ਨਹੀਂ ਸਰ ਜੀ ਮੈਂ ਵਾਪਸ ਦੇ ਗਿਆ ਤੁਸੀਂ ਮੇਰੇ ਕੋਲ ਪੈਸਾ ਕੋਈ ਨਹੀਂ ਸੀ ਲਿਆ ਪੈਸਾ ਮੈਂ ਕਦ ਨਹੀਂ ਲੈਣਾ ਹੁਣ ਭਰਾਵਾਂ ਕੋਲੋਂ ਵੀ ਪੈਸੇ ਲੈਣੇ ਨਹੀਂ ਜੀ ਵੀ ਨਹੀਂ ਹੈਗਾ ਕਿੱਡਾ ਠੇਠਾ ਬੱਚਾ ਆ ਉਹਨੇ ਗੱਲ ਜ਼ਿਹਨ 'ਚ ਵੀ ਨਹੀਂ ਆਇਆ ਤਾਂ ਮੋਟਰਸਾਈਕਲ ਤਸਲੀਮ ਅਬਾਸ ਤਸਲੀਮ ਅਬਾਸ ਭਾਅ ਜੀ ਤੁਸੀਂ ਚਾਹੇ ਗੱਲ ਸੁਣੋ ਤੁਸੀਂ ਭਾਅ ਨੂੰ ਮੈਂ ਲੈ ਕੇ ਦੂੰ ਚੱਲਾਂ ਅੱਲਾ ਮਾਫੀ ਦੇਵੇ ਤੁਹਾਨੂੰ ਮਿਲਦੇ ਨਹੀਂ ਤੂੰ ਯਾਰ ਮੇਰੀ ਗੱਲ ਸੁਣ ਲੈ ਇੱਕ ਚੀਜ਼ ਤੇਰੇ ਕੋਲ ਚਲੀ ਜਾਣੀ ਮੈਨੂੰ ਇੰਨਾ ਤਾਂ ਸਿਆਨ ਕਰ ਦੇਗਾ ਭਾਅ ਜੀ ਮੈਂ ਤੇਰੇ ਕੋਲ ਚੀਜ਼ ਲੈ ਕੇ ਜਾ ਰਿਹਾ ਤਾਂ ਮੈਂ ਉੱਦਾਂ ਕਹਿਣ ਡਿਆ ਮੈਂ ਲੈ ਕੇ ਜਾ ਰਿਹਾ ਸੀ ਕਿਹੜੀ ਉਹ ਤਾਂ ਤੂੰ ਲੈ ਜਾ ਮਤਲਬ ਮੈਂ ਤੈਨੂੰ ਰੈਂਟ ਥੋੜ੍ਹਾ ਮੰਗਣਾ ਨਾ ਮੈਂ ਤਾਂ ਕੋਈ ਰੈਂਟ ਪਾਉਣਾ ਇਹਦਾ ਰੈਂਟ ਜਿਹੜਾ ਨਾ ਮੇਰੇ 'ਤੇ ਹੈਰਾਨ ਹੈ ਇੱਕ ਦਿਨ ਦਾ ਵੀ ਕਿਰਾਇਆ ਮੇਰੇ 'ਤੇ ਹੈਰਾਨ ਤੇਰਾ ਲਿਖਾਈ ਚੰਗੀ ਹੈ ਨਾ ਗੱਲ ਤੁਸੀਂ ਕਿਤੇ ਦੇਣੇ ਲੈਣੇ ਵਾਲੀ ਜਗ੍ਹਾ 'ਤੇ ਖਿਲਾਰ ਦਿਓ ਅਸੀਂ ਉਹਨਾਂ ਨੂੰ ਜਾ ਕੇ ਕਿੱਥੇ ਪੁੱਛਣਾ ਤੁਹਾਨੂੰ ਲੈਣ ਤੁਹਾਡੇ ਕੋਲੋਂ ਮੰਗਣੀ ਗੱਡੀ ਚੱਲ ਲਿਖ ਤੂੰ ਹਾਂਜੀ ਤਸਲੀਮ ਅਬਾਸ ਲੋਗੋਂ ਸੇ ਗਾੜੀ ਮਾਂਗ ਮਾਂਗ ਕਰ ਥੱਕ ਕਰ ਚੱਲ ਬਕਵਾਸ ਬੰਦ ਕਰ ਤਸਲੀਮ ਅਬਾਸ ਸਾਹਿਬ ਲਿਖ ਦੇ ਤਸਲੀਮ ਅਬਾਸ ਸਾਹਿਬ ਠੀਕ ਹੈ ਆਪਣੇ ਭਾਈ ਨਸੀਮ ਗੱਲ ਸਮਝ ਨਹੀਂ ਆਈ ਆਪਣੇ ਭਾਈ ਨਸੀਮ ਵਿੱਕੀ ਕੀ ਗਾੜੀ ਗਾੜੀ ਥੋੜੇ ਦਿਨੋਂ ਕੇ ਲੀਏ ਅੱਛਾ ਦੇਖ ਲਿਆ ਫੋਨ ਆ ਗਿਆ ਇਹਦਾ ਮੈਂ ਤੁਹਾਨੂੰ ਹੈਲੋ ਵਾਲੇਕਮ ਸਲਾਮ ਅੱਛਾ ਸ਼ਬਾਜ਼ ਸਾਹਿਬ ਮੈਂ ਘਰ ਹੀ ਹਾਂ ਤੁਸੀਂ ਆ ਜਾਓ ਮੈਨੂੰ ਇੱਕ ਗੱਲ ਦਾ ਜਵਾਬ ਦੇਣਾ ਜ਼ਰਾ ਇਹ ਮੈਂ ਸਪੀਕਰ ਲਗਾ ਔਨ ਕਰਨ ਤੁਸੀਂ ਅਗਰ ਮੇਰੇ ਕੋਲੋਂ ਕੋਈ ਚੀਜ਼ ਮੰਗਦੇ ਹੋ ਠੀਕ ਹੈ ਅਤੇ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਮੈਨੂੰ ਕਹਿੰਦੇ ਮੈਨੂੰ ਗੱਡੀ ਦੇ ਦਿਓ ਉਧਾਰ ਥੋੜ੍ਹੀ ਦੇਰ ਵਾਸਤੇ ਮੈਂ ਤੁਹਾਨੂੰ ਗੱਡੀ ਉਧਾਰ ਦੇਣਾ ਮੈਂ ਤੁਹਾਨੂੰ ਕਹਿੰਦਾ ਕਿ ਇੱਥੇ ਕਾਗਜ਼ ਉੱਤੇ ਲਿਖ ਕੇ ਰੱਖ ਜਾਓ ਕਿ ਜੀ ਗੱਡੀ ਜਿਹੜੀ ਹੈ ਨਾ ਤੁਸੀਂ ਲੈ ਕੇ ਚੱਲੇ ਹੋ ਇਹ ਕਾਗਜ਼ 'ਤੇ ਸਾਈਨ ਕਰ ਦਿਓ ਕਿ ਤੁਸੀਂ ਲੈ ਕੇ ਚੱਲੇ ਹੋ ਇਹਦਾ ਚਲਾਨ ਹੋ ਜਾਏ ਰਸਤੇ 'ਚ ਕੋਈ ਖਰਾਬ ਹੋ ਜਾਏ ਕੋਈ ਇਸ ਤਰ੍ਹਾਂ ਦੀ ਗੱਲ ਹੋ ਜਾਏ ਉਹ ਤਾਂ ਜ਼ਿੰਮੇਵਾਰ ਤੁਸੀਂ ਹੋ ਇਹ ਲਿਖਾਉਣਾ ਚਾਹੀਦਾ ਕਿ ਨਹੀਂ ਲਿਖਾਉਣਾ ਚਾਹੀਦਾ ਬਿਲਕੁਲ ਚਾਹੀਦਾ ਬਸ ਤੁਸੀਂ ਜ਼ਰਾ ਦੋ ਮਿੰਟ ਘਰ ਆ ਜਾਓ ਮੈਂ ਤੇਰਾ ਬਸ ਇਹੀ ਗੱਲ ਕਰਨੀ ਸੀ ਤੁਹਾਡੇ ਨਾਲ ਆ ਜਾਓ ਘਰ ਲਓ ਜੀ ਭਾਅ ਜੀ ਹੁਣ ਦੱਸੋ ਉਹ ਵੀ ਕਿੱਦਾਂ ਦਾ ਬੰਦਾ ਕਹਿੰਦਾ ਲਿਖਾਉਣਾ ਚਾਹੀਦਾ ਇਹਦਾ ਮੁਸਲ ਭਰਾ ਕੋ ਕੋਈ ਚੀਜ਼ ਲਵੇ ਤਾਂ ਪਤਾ ਪਹਿਲਾਂ ਲਿਖ ਸਕੇ ਭਰਾ ਵੀ ਆਪਸ ਲਿਖ ਲਿਆ ਕਰੋ ਹੁਕਮ ਹੈ ਲਿਖਾਓ ਭਾਜੀ ਲਿਖਾਉਣਾ ਹੀ ਪੈਣਾ ਵਾ ਦੇਖੋ ਕੋਈ ਗੱਲ ਨਹੀਂ ਅਸੀਂ ਜਿਹੜੀ ਅਸੀਂ ਕਿਹੜੇ ਰੱਖਣੀ ਥੋੜੇ ਵਾਪਸ ਕਰਨੀ ਥੋੜੇ ਥੋੜੇ ਦਿਨ ਕੇ ਲਈ ਲੇਕਰ ਜਾ ਰਹਾ ਹੂੰ ਠੀਕ ਹੈ ਭਾਈ ਦਿਨ ਗਾੜੀ ਕਾ ਭਾਈ ਦਿਨ ਕਿੰਨੇ ਯਾਰ 10-12 15 ਮਹੀਨਾ ਜਿੱਦਣ ਤੱਕ ਨਾ ਭਾਜੀ 3 ਦਿਨ ਸਾਰੇ ਜਿਸ ਦਿਨ 3 ਦਿਨ ਦਾ ਮੈਂ 4 ਦਿਨ ਗੱਡੀ ਤੂੰ 5 ਦਿਨ ਪਾ ਦੇ 2 ਦਿਨ ਮੇਰੇ ਕੋਲ ਪਾ ਦੇ 5 ਦਿਨ ਗੱਡੀ ਜਿਸ ਦਿਨ ਵੀ ਗਾੜੀ ਵਾਪਸ ਕਰੇਂਗੇ ਗਾੜੀ ਬਿਲਕੁਲ ਠੀਕ ਠਾਕ ਹਾਲਤ ਮੇ ਹੋਗੀ ਠੀਕ ਹੈ ਔਰ ਔਰ ਇਸਕਾ ਕੋਈ ਵੀ ਨੁਕਸਾਨ ਅਗਰ ਹੋ ਜਾਏ ਤੋ ਤਸਲੀਮ ਅਬਾਸ ਖੁਦ ਹੀ ਉਸਕੋ ਠੀਕ ਕਰਵਾਏਂਗੇ ਨਸੀਮ ਵਿੱਕੀ ਉਸੇ ਕੋਈ ਰੈਂਟ ਨਹੀਂ ਲੇਗਾ ਨਹੀਂ ਇੱਥੇ ਲਿਖਦਾ ਅਗਰ ਠੀਕ ਨਹੀਂ ਕਰਵਾਏਂਗੇ ਤਾਂ ਉਸਕਾ ਹਰਜਾਨਾ ਭਰੇਂਗੇ ਨਹੀਂ ਹਰਜਾਨਾ ਨਹੀਂ ਬਸ ਉਹਨੇ ਠੀਕ ਰਹੇਗਾ ਜੋ ਹੈ ਹਰਜਾਨਾ ਫੜਿਆ ਗਿਆ ਆ ਮੈਂ ਉਹਦਾ ਤੂੰ ਪੁਲਿਸ ਵਾਲਾ ਅੱਛਾ ਜੀ ਅੱਗੇ ਠੀਕ ਹੈ ਔਰ ਨਸੀਮ ਵਿੱਕੀ ਉਸੇ ਕੋਈ ਕਿਰਾਇਆ ਨਹੀਂ ਲੇਂਗੇ ਇੱਕ ਕਤਰਾ ਪੈਟਰੋਲ ਨਹੀਂ ਡਲਵਾਏਂਗੇ ਠੀਕ ਹੈ ਨਾ ਗਾੜੀ ਵਾਪਸ ਕਰਤੇ ਹੋਏ ਉਸਕੇ ਨੁਕਸਾਨ ਕਾ ਕੋਈ ਵੀ ਉਸਰ ਪੇਸ਼ ਨਹੀਂ ਕਰੇਂਗੇ ਉਸਕਾ ਹਰ ਕਿਸਮ ਕਾ ਨੁਕਸਾਨ ਤਸਲੀਮ ਅਬਾਸ ਪੂਰਾ ਕਰੇਂਗੇ ਔਰ ਕੋਈ ਉਜ਼ਰ ਪੇਸ਼ ਨਹੀਂ ਕਰੇਂਗੇ ਕਰੇਂਗੇ ਔਰ ਕੋਈ ਉਜ਼ਰ ਪੇਸ਼ ਨਹੀਂ ਕਰੇਂਗੇ ਕਰੇਂਗੇ ਠੀਕ ਹੈ ਨਾ ਇੱਥੇ ਮਿਲਦੇ ਪਹਿਲੇ ਮੈਂ ਸਿਆਨ ਕਰਦੇ ਹਾਂ ਤਾਂ ਜੀ ਤੁਹਾਡੇ ਮਾਲਕ ਲਿਖਦੀ ਹੈ ਨਾ ਮਾਲਕ ਅੱਲਾ ਮਾਫ਼ ਕਰੇ ਤੋਬਾ ਸਰ ਅੱਲਾ ਦੀ ਜ਼ਾਤ ਮਾਲਕ ਹੈ ਯਾਰ ਬਸ ਐਵੇਂ ਨਾ ਸਿੱਧਾ ਮੇਰਾ ਨਾਂ ਲਿਖਦੇ ਨਸੀਮ ਵਿੱਕੀ ਅਤੇ ਥੱਲੇ ਕਰ ਦਿੰਦਾ ਮੈਂ ਆਪਣੇ ਸੈਨ ਅਤੇ ਇਹ ਆ ਗਿਆ ਜੀ ਤਸਲੀਮ ਅਬਾਸ ਸਾਹਿਬ ਗਾੜੀ ਇਹਦੇ ਨਾਲ ਲਿਖੋ ਮੰਗਣੇ ਵਾਲਾ ਐਸਾ ਕਰ ਦਿਓ ਭਾਜੀ ਕਿਉਂਕਿ ਮੈਂ ਇਸ ਗੱਲ ਤੋਂ ਡਰਿਆ ਹੈਗਾ ਮੁਬਾਰਕ ਹੋਵੇ 3 ਦਿਨ ਤੁਹਾਡੀ ਕਿਸਮਤ ਚ ਕਰੇ ਹੁਣ ਇਹ ਆ ਕਿ ਜਿਹੜੇ ਮਤਲਬ ਬਾਜ਼ਾਰ ਬਜ਼ੁਰਗ ਕੋਈ ਜਾਣਾ ਆਉਣਾ ਸੌਦੇ ਲਿਆਓ ਜੋ ਮਰਜ਼ੀ ਕਰੋ 10 ਬੰਦੇ ਬਾਹੋ ਵਿੱਚ ਗੱਡੀ ਨਹੀਂ ਚੱਲਦੀ ਲਓ ਢੇਰ ਢੇਰ ਮੁਬਾਰਕਾਂ ਤੁਹਾਨੂੰ ਫੋਨ ਕਰਕੇ ਕਿਸੇ ਨੂੰ ਦੱਸਣਾ ਤੇ ਦੱਸ ਲਓ ਨਹੀਂ ਕਿਸੇ ਨੂੰ ਕਾਹਦੇ ਲਈ ਦੱਸਣਾ ਘਰ ਕੇ ਗੱਡੀ ਲੈ ਲਈ ਆ ਨਹੀਂ ਉਹਨਾਂ ਨੂੰ ਗੱਡੀ ਲੈ ਕੇ ਜਾਓ ਆਪੇ ਪਤਾ ਲੱਗ ਜਾਣਾ ਟੈਂਕੀ ਕਰਾ ਲੈਣਾ ਫੁੱਲ ਹੈ ਪੈਟਰੋਲ ਨਹੀਂ ਹੈ ਵਿੱਚ ਆਹੋ ਨਾਲੇ ਪੈਟਰੋਲ ਮਹਿੰਗਾ ਸਸਤਾ ਹੁੰਦਾ ਰਹਿੰਦਾ ਫੁੱਲ ਕਰਾਈ ਹੋਏਗੀ ਨਾ ਚਲੋ ਕਿਤੇ ਰੁਕੋਗੇ ਨਹੀਂ 2-4-5 ਲੀਟਰ ਤਾਂ ਹੋਏਗੀ ਨਹੀਂ ਬਿਲਕੁਲ ਕਾਫੀ ਦਿਨਾਂ ਦੀ ਖਲੋਤੀ ਹੈ ਚੱਲੀ ਨਹੀਂ ਪੈਟਰੋਲ ਦੇ ਵਿੱਚ ਜਿਹੜਾ ਹੋਇਆ ਵੀ ਸੁੱਕ ਗਿਆ ਹੋਣਾ ਤੇ ਬੈਟਰੀ ਨਵੀਂ ਰਖਵਾ ਲਈ ਵਿੱਚ ਸਰਫ ਨਹੀਂ ਚੁੱਕਦੀ ਹਲੇ
ਹਾਂਜੀ ਮੈਂ ਕਹ ਰਿਹਾ ਬੈਟਰੀ ਲਗਵਾ ਲੈ ਕਹਿੰਦਾ ਹਾਂਜੀ ਉਹ ਬਾਹਰ ਚੋਰੀ ਹੋ ਗਈ ਸੀ ਨਾ ਬੈਟਰੀ ਬਾਹਰ ਖਲੋਤੀ ਰਹੀ ਗੱਡੀ ਬੈਟਰੀ ਕੋ ਕੱਢ ਕੇ ਲੈ ਗਿਆ ਕੋਈ ਨਿਸ਼ਾਈ ਨਹੀਂ ਛੂਈ ਤੁਸੀਂ ਪਵਾ ਲਿਓ ਗੱਡੀ 'ਚ ਬੈਟਰੀ ਕਿਹੜੀ ਗੱਲ ਉਹ ਬੈਟਰੀ ਤੋਂ ਬਗੈਰ ਖਲੋਤੀ ਹੈ ਕਹਿੰਦੇ ਚਵਲਾ ਮਾਰੀ ਜਾਣਦੇ ਆ ਕਿਉਂ ਕਿਤੇ ਕਬਾੜੀ ਜਿਹਦੀ ਗੱਡੀ ਹੈ ਮੋੜਨ ਲੱਗਾ ਗੱਡੀ ਤੇ ਬੰਨੀ ਨੀ ਇਸ ਤਰ੍ਹਾਂ ਬਣੀ ਤੱਕ ਰਹਿਣ ਦਿਓ ਟਾਇਰ ਪਵਾ ਲਿਆ ਭਾਈ ਆਬਦ ਨੂੰ ਫੋਨ ਪਵਾ ਲਵੇ ਨੋਰਮਲ ਜਿਹਾ ਪਵਾ ਲਵੇ ਮਤਲਬ ਮੈਂ ਉੱਥੇ ਫੋਨ ਕਰ ਦਿੰਦਾ 80,000 ਦਾ ਟਾਇਰ 50,000 ਦਾ ਮੇਰੇ ਮੂੰਹ ਨੂੰ ਪਾ ਦੇਣਗੇ 80 ਦਾ ਆਉਂਦਾ ਮੇਰੇ ਮੂੰਹ ਨੂੰ 50 ਦਾ ਪਾ ਦੇਗਾ ਤੇ 30 ਤੁਹਾਡਾ ਬਚਣਾ ਹੁਣ ਮੂੰਹ ਵੀ ਇੱਥੇ ਰੱਖੋ ਭਾਜੀ ਗੱਡੀ ਵੀ ਇੱਥੇ ਰੱਖੋ ਐਡੀ ਮੇ ਤੇ ਆਸਾਨ ਨਾ ਕਰੋ 60,000 ਰੁਪਏ ਦਾ ਮੈਂ ਜਾ ਕੇ ਤੇ ਟਾਇਰ ਪਵਾਵਾਂ ਫਿਰ ਮੈਂ ਬੈਟਰੀ ਦਿਖਾਵਾਂ ਵੀ ਮੈਂ ਟਾਇਰ ਪਵਾਵਾਂ ਤੁਹਾਨੂੰ ਨਾ ਏਸੀ ਦੀ ਲੋੜ ਨਹੀਂ ਪੈਣੀ 60,000 ਰੁਪਏ ਦੀ ਟੈਂਕੀ ਫੁੱਲ ਹੋਣੀ ਇਹਦੀ ਠੀਕ ਹੈ ਮਤਲਬ ਇਹ 'ਚ ਬਹੁਤਾ ਵੀ ਨਹੀਂ ਪੈਂਦਾ 16,000 ਦੀ ਟੈਂਕੀ ਫੁੱਲ ਹੋਣੀ ਹੈ 50 ਦਾ ਟਾਇਰ ਪੈਣਾ ਤੇ 67 ਦੀ ਬੈਟਰੀ ਹੈ ਠੀਕ ਹੈ ਏਸੀ ਦੀ ਲੋੜ ਨਹੀਂ ਪੈਣੀ ਪਾ ਕੇ ਨਹੀਂ ਏਸੀ ਤੇ ਹੈ ਹੀ ਨਹੀਂ 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 ਏਸੀ ਦੀ ਲੋੜ ਹੀ ਨਹੀਂ ਪੈਣੀ ਅਗਲਾ ਸ਼ੀਸ਼ਾ ਹੀ ਹੈ ਨਹੀਂ ਉਹਦਾ ਗੱਡੀ ਮੈਨੂੰ ਮੁਰਗੀਆਂ ਵਾਲੇ ਦੇ ਆ ਜਿਹਦੇ ਵਿੱਚ ਮਰੀ ਫੰਗ ਹੁੰਦੇ ਆ ਉਹ ਨਾੜਾਂ ਆਉਂਦੀਆਂ ਜੇ ਦੇਖ ਕੇ ਬੰਦਾ ਇੰਝ ਕਰਦਾ ਲੰਘ ਲੈਂਦੇ ਉਹ ਗੱਡੀ ਦੇਖ ਦਿਓ ਨਹੀਂ ਨਹੀਂ ਗੱਡੀ ਵਧੀਆ ਮਾਸ਼ਾ ਅੱਲਾ ਸ਼ੀਸ਼ਾ ਕਿਉਂ ਨਹੀਂ ਹੈਗਾ ਸ਼ੀਸ਼ਾ ਹੈ ਵੀ ਬਕਵਾਸ ਕਰ ਰਿਹਾ ਗੱਡੀ ਬਾਹਰ ਖਲੋਤੀ ਰਹੀ ਸਾਈਡ ਵਾਲਾ ਸ਼ੀਸ਼ਾ ਨੇ ਜੇ ਪਿੱਛੇ ਦੇਖੀ ਤਾਂ ਉਹਨਾਂ ਨੇ ਹੋਰ ਹੀ ਕੋਈ ਗੱਲ ਨਹੀਂ ਸਾਈਡ ਵਾਲਾ ਦਿਖਾ ਰਿਹਾ ਉਹਦੇ ਬੰਦਾ ਪਿੱਛੇ ਬੱਚਾ ਵੀ ਉਡਾਉਂਦਾ ਪਿੱਛੇ ਮੂੰਹ ਕਰਕੇ ਜੇ ਬਿਠਾਉਣਾ ਵੀ ਭਾਜੀ ਉਹ ਬੰਦਾ ਪੈਸੇ ਪਾ ਲੈਂਦਾ ਗੱਡੀ ਦਾ ਉਹਦੇ ਕੋਈ ਗੱਲ ਨਹੀਂ ਤੇ ਇੱਕ ਟਾਇਰ ਪੈਣਾ ਉਹਦਾ ਤੇ ਅੱਲਾ ਤੇਰਾ ਭਲਾ ਕਰੇ ਵੈਪਰ ਨਹੀਂ ਉਹਦੇ ਚੱਲਦੇ ਬਾਰਿਸ਼ ਤੇ ਹੈ ਵੀ ਨਹੀਂ ਵੈਸੇ ਹਾਂਜੀ ਨਹੀਂ ਉਹ ਤਾਂ ਵੈਪਰ ਵੀ ਪਵਾ ਲਏ ਕੁਛ ਨਹੀਂ ਹੁੰਦਾ ਮੈਂ ਰੈਂਬੋ ਆ ਮੈਂ ਪੱਟੀ ਬੰਨੀ ਮੇਰੇ ਵੇਖ ਲਈ ਆ ਮੈਂ ਵੈਪਰ ਫੜਾ ਹੱਥ ਦੇ ਵਿੱਚ ਐਸੀ ਗੱਲ ਕਰੀ ਜਾਣ ਡੇ ਤੂੰ ਅੱਛਾ ਹੁਣ ਤਿੰਨ ਖਰਚੇ ਨੇ ਤੇ ਤੂੰ ਤਿੰਨ ਖਰਚੇ ਮੈਂ ਪਹਿਲਾਂ ਵੀ ਨਹੀਂ ਕਰਨਾ ਹੈਗਾ ਤੂੰ ਸਵੇਰੇ ਉੱਠ ਕੇ ਗੋਡਿਆਂ ਦਾ ਕੰਮ ਸਵੇਰੇ ਕਰ ਗੋਡਿਆਂ ਦਾ ਕੰਮ ਜੇ ਤੇ ਚਾਹੁੰਦੇ ਉਹਨਾਂ ਵਿੱਚ ਬੱਚੇ ਬਕਵਾਸ ਆਪਣੀ ਬੰਦ ਕਰ ਅੱਛਾ ਵਿਆਹ ਤੇ ਦਿਨ ਨੇ ਡਿੱਗੀ ਦਾ ਲੋਕ ਖਰਾਬ ਹੈ ਡਿੱਗੀ ਆਪ ਹੀ ਖੁੱਲ ਜਾਂਦੀ ਹੈ ਮੈਂ ਰੱਸੀ ਬੰਨੀ ਹੈ ਨਾ ਸਵੇਰ ਉਹਦਾ ਲਾਕ ਵੀ ਲਵਾ ਲਿਆ ਆਪ ਹੀ ਖੁੱਲ ਜਾਂਦੀ ਹਾਂ ਡਿੱਗੀ ਉਹ ਪਤਾ ਵਿਆਹ ਦਾ ਸਮਾਨ ਰੱਖਣਾ ਵੀ ਚੋਰੀ ਚੋਰੀ ਨਾ ਉਹਨਾਂ ਹੋ ਜਾਏ ਅਤੇ ਉਹਨੂੰ ਲਾਕ ਲਵਾ ਲਈ ਐਵੇਂ ਉਹਦਾ ਤਕਰੀਬਨ 7,000-7,500 ਦਾ ਖਰਚਾ ਸੀ ਇੰਨਾ ਖਰਚਾ ਹੈ ਟਾਇਰ ਪਵਾਵਾਂ ਮੈਂ ਠੀਕ ਹੈ 40,000 ਟਾਇਰ ਦਾ ਠੀਕ ਹੈ ਬੈਟਰੀ 67,000 ਦੀ ਰਖਾਵਾਂ ਡਿੱਗੀ ਆਪਣੀ ਮਰਜ਼ੀ ਨਾਲ ਖੁੱਲਦੀ ਹੈ ਉਹਨੂੰ ਮੈਂ ਆਪਣੀ ਮਰਜ਼ੀ 'ਤੇ ਲਿਆਉਣਾ ਉੱਥੇ 6,000-7,000 ਲੱਗਣਾ ਅਤੇ ਗੋਡਿਆਂ ਦਾ ਕੰਮ ਸਵੇਰੇ ਕਰਾਉਣੇ ਚੁੱਪ ਕਰਕੇ ਗੋਡਿਆਂ ਮੈਂ ਚੱਪੜੀਆਂ ਦਾ ਨਹੀਂ ਕਰਾਉਣਾ ਮੈਂ ਉਂਗਲਾਂ ਦਾ ਨਹੀਂ ਕਰਾਉਣਾ ਉਹਦੀਆਂ ਮੇਰਾ ਮਨ ਮੁੱਕ ਜਾਵੇ ਉਹ ਮੈਂ ਮੰਨ ਗਿਆ ਤੁਹਾਡਾ ਦਿਲ ਵੱਡਾ ਤੁਸੀਂ ਨਾ ਨਹੀਂ ਕੀਤਾ ਤੇਰਾ ਦਿਲ ਤੇਰਾ ਵੀ ਦਿਲ ਹੋਣਾ ਸੁਝਣਾ ਆ ਤੇਰਾ ਦਿਲ ਹੈ ਜੀ ਤੇਰਾ ਐਡਾ ਦਿਲ ਤੇਰਾ ਵੀ ਹੋਣਾ ਅੱਛਾ ਫੈਮਲੀਆਂ ਨੂੰ ਸਾਰਿਆਂ ਨੂੰ ਕਹਿਣਾ ਜਦੋਂ ਗੱਡੀ 'ਚ ਬੈਠਣਾ ਨਾ ਨਹੀਂ ਫੈਮਲੀ ਮੈਂ ਉਹਨੂੰ ਕਹਿਣਾ ਤੰਗ ਹੈ ਜਾਓ ਤਾਂ ਕਿ ਗੱਡੀ ਦਾ ਉਹ ਜਿਹੜਾ ਨਾ ਆਪਣਾ ਫਰਸ਼ ਉਹ ਥੋੜ੍ਹਾ ਜਿਹਾ ਨਾ ਫਟਿਆ ਉਹ ਕੋਈ ਬੰਦਾ ਜਦੋਂ ਬੈਠਦਾ ਨਾ ਤਾਂ ਉਹ ਹੁੰਦਾ ਨਾ ਬਾਹਰ ਬੰਦਾ ਜੁੱਤੀ ਲਾ ਲੈਂਦਾ ਫਿਰ ਪੈਰ ਸੁੰਨ ਹੋ ਜਾਂਦਾ ਉਹ ਇੱਕ ਪੈਰ ਗੁਆਚ ਜਾਂਦਾ ਵਿੱਚੋਂ ਡਿੱਗ ਪੈਂਦਾ ਫਿਰ ਭਾਜੀ ਤੂੰ ਗੱਡੀ ਦਾ ਮੈਂ ਪੈਰ ਵੀ ਚਲੇ ਜਾਂਦਾ ਮੈਨੂੰ ਗੱਡੀ ਤੈਨੂੰ ਪਤਾ ਲਾਈਟਾਂ ਵੀ ਪਾਉਣੀਆਂ ਪੈਣੀਆਂ ਤੇ ਤੁਸੀਂ ਮੋਮਬੱਤੀਆਂ ਤੋਂ ਚਲਾਉਂਦੇ ਆ ਜਾਂ ਬੈਟਰੀ ਬੰਦਾ ਪਹਿਲਾਂ ਰੱਖ ਕੇ ਅੱਗੇ ਬੈਠਾ ਹੁੰਦਾ ਸਾਈਡ 'ਤੇ ਹੋ ਜਾਓ ਸਾਈਡ 'ਤੇ ਹੋ ਜਾਓ ਮੈਂ ਤਾਂ ਚਲਾਈ ਨਹੀਂ ਉਸ ਰਹੀ ਹੈ ਸਾਡਾ ਜਿਹੜਾ ਡਰਾਈਵਰ ਚਲਾਉਂਦਾ ਸੀ ਨਾ ਗੱਡੀ ਉਹ ਸਿਗਨਲ ਲਾ ਲੈਂਦਾ ਸੀ ਡਰਾਈਵਰ ਭਾਂਦਾ ਭਾਂਦਾ ਜੋ ਤੇਰਾ ਹਜੇ ਤੱਕ ਰੜੇ ਮੈਦਾਨ 'ਚ ਬੈਠਾ ਹੁੰਦਾ ਖੋਤਾ ਰੇੜੀ ਜੇ ਜੀ ਸੈਂਟਰ 'ਚ ਬੈਠਾ ਸੀ ਵਿਹੜੇ 'ਚ ਬੈਠਾ ਹੁੰਦਾ ਤੈਨੂੰ ਵੀ ਤਮੀਜ਼ ਆ ਗੱਡੀਆਂ ਦੀ ਤੂੰ ਵਿੱਚ ਐਵੇਂ ਭਾਇਨ ਭਾਇਨ ਕਰੀ ਜਾਂਦਾ ਬਹੁਤਾ ਵਾਕ ਭਾਇਨ ਦਾ ਤੂੰ ਨਾ ਭਾਉਂ ਤੇਰਾ ਗੁੱਸਾ ਕਰਦਾ ਕਿਉਂ ਹਜੇ ਤੇਰੇ ਤੇਰਾ 82 ਕਿਲੋਮੀਟਰ ਤੁਰਿਆ ਹੀ ਜਾਣ ਡਿਆ ਹੁੰਦਾ ਪਾਗਲ ਤੁਰਿਆ ਜਾਣ ਡਿਆ ਹੁੰਦਾ ਗੱਲਾਂ ਕਿ ਨਹੀਂ ਤੈਨੂੰ ਗੱਡੀ ਦੀ ਕੀ ਤਮੀਜ਼ ਆ ਤੁਹਾਡੇ ਵਾਲ ਸਾਹਿਬ ਤੇ ਹੱਥ ਦੇ ਕੇ ਟ੍ਰੇਨ ਮੋੜਦੇ ਆ ਨਾ ਹੱਥ ਦੇ ਕੇ ਟ੍ਰੇਨ ਮੋੜਦੇ ਹੱਥ ਦੇ ਕੇ ਟ੍ਰੇਨ ਕਦੋਂ ਮੋੜੀ ਦੀ ਤਾਂ ਜੀ ਕੁਛ ਵੀ ਨਹੀਂ ਤੂੰ ਆਪ ਕੁਛ ਨਹੀਂ ਹੈਗਾ ਦੇਖ ਲਿਓ ਤੂੰ ਆਪ ਕੁਛ ਨਹੀਂ ਤੇਰਾ ਕਦੋਂ ਮਾਮਾ ਨਾਜ਼ਮ ਆ ਜਾ ਤੇਰਾ ਚਾਚਾ ਨਾਜ਼ਮ ਅੱਛਾ ਸਿਰ ਸਟੀਅਰਿੰਗ ਦਾ ਥੋੜ੍ਹਾ ਜਿਹਾ ਕੰਮ ਕਰਾ ਲਈ ਖੱਬੇ ਨੂੰ ਬਹੁਤ ਜਾਂਦਾ ਭਾਜੀ ਮੈਂ ਕੋਈ ਵੀ ਨਹੀਂ ਕੰਮ ਕਰਾਉਣਾ ਹੈਗਾ ਸਟੀਅਰਿੰਗ ਦਾ ਵੀ ਖਰਾਬ ਆ
छापर ज्यादा काम नहीं है नहीं कुछ भी नहीं है 60,000 दे बैटरी है टायर है ज्यादा टायर है और फर्श लगाना है दा वाइपर फर्श वाला दा हर जाना टूला ना भी खर्चा सीमेंट दा भी आना टैला दा मतलब मैं कमरा देने लगा टैला ना या भी वो आ गया डिगी अपनी मर्जी ना खोल दी ओनु मैं लाग टूटिया खुल जांदी हां वो मैं अपनी मर्जी ना करौणी कोई बेहाल खोल लो बरी बुरी रख ले ओदा विच तेरे ओदा सही नहीं हो ਪਹਿਲਾਂ ਅੰਦਾਜ਼ੇ ਨਾ ਜਾਂਦੇ ਸੀ ਕਿ ਕਿੱਧਰ ਨੂੰ ਜਾਣਾ ਮੈਂ ਤਾਂ ਕਹਿੰਦਾ ਕਦੋਂ ਦੀ ਖਲੋਤੀ ਹੈ ਤੇਰੇ ਨਸੀਬਾਂ ਦੀ ਖਲੋਤੀ ਹੈ ਕਿਸੇ ਗੱਲ ਨਾਲ ਖਲੋਤੀ ਲਈ ਹੈ ਤੇ ਖਲੋਤੀ ਹੈ ਪੁੱਤਰ ਤੇਰੇ ਤਵੀ ਆਵੀਂ ਖਲੋਤੀ ਹੈ ਉੱਥੇ ਤੇਰੇ ਨਸੀਬਾਂ ਦੀ ਖਲੋਤੀ ਹੈ ਮੇਰੇ ਨਸੀਬਾਂ ਵਿੱਚ ਏਡੀ ਰੰਡੀ ਗੱਡੀ ਛੁੱਡੇ ਮੂੰਹ ਤਾਂ ਕੱਖ ਵੀ ਪੱਲੇ ਨਹੀਂ ਹੈਗਾ ਲੈ ਗੱਡੀ ਯਾਰ ਗੱਲ ਸੁਣ ਤੂੰ ਪਹਿਲੇ ਪਾਈ ਗੱਡੀ ਨਾ ਦਿਓ ਮੈਨੂੰ ਛੱਡ ਦੇ ਗੱਡੀ ਮੰਗੀ ਮੈਂ ਤਾਂ ਨਾ ਕੀਤੀ ਨਹੀਂ ਆਵਾ ਤੂੰ ਮੈਨੂੰ ਕੀ ਕਹਿ ਗੱਡੀ ਚਾਹੀਦੀ ਮੈਂ ਨਾ ਕੀਤੀ ਆ ਹਾਂ ਵਾਲੇ ਕੰਮ ਹੈ ਵੀ ਮੈਂ ਸਾਰਾ ਗੱਡੀ ਦਾ ਕੰਮ ਯਾਰ ਪਹਿਲੇ ਤੂੰ ਮੇਰੀ ਨੀਅਤ ਤੇ ਸ਼ੱਕ ਕਰ ਰਿਹਾ ਨਾ ਤੂੰ ਮੈਨੂੰ ਦੱਸ ਨਾ ਤੂੰ ਮੈਨੂੰ ਕਾ ਗਿਆ ਅੱਧੀ ਜ਼ੁਬਾਨ ਲੱਗਿਆ ਭਾਜੀ ਮੈਨੂੰ ਗੱਡੀ ਚਾਹੀਦੀ ਮੈਂ ਨਾ ਕੀਤੀ ਤੂੰ ਸਵੇਰੇ ਲੈ ਜਾ 60 ਦੇ ਅੱਗ ਲਾ ਮੈਂ ਨਹੀਂ ਲੈਣੀ ਤੇਰੇ ਕੋਲ ਮੈਂ ਰੁਪਏ ਦਾ ਕਲੇਮ ਕਰਾਂ ਗੱਲ ਕਰੇ ਮੇਰੇ ਤੇ ਨਾ ਕਰੋ ਮੈਂ ਲੈਣੀ ਨਹੀਂ ਗੱਡੀ ਮੈਂ ਬੱਚੇ ਘੜੀਸ ਕੇ ਲੈ ਜਾਣੇ ਸਤਾਜੀ ਇਹ ਹੁਣ ਗੱਡੀ ਬੰਦਾ ਨਾਮ ਹੀ ਨਾ ਲੈ ਕੇ ਜਾਵੇ ਆ ਸੈਨ ਹੋਏ ਆ ਨਾਲ ਗਵਾਵਾਂ ਦੇ ਦਸਕਤ ਹੋਏ ਆ ਤੁਹਾਡੇ ਵੀ ਹੋਏ ਆ ਇਹ ਸਾਰਾ ਕੁਝ ਹੁਣ ਪਵਾਉਣਾ ਪੈਣਾ ਯਾਰ ਚੱਲ ਚੱਲ ਇਹ ਪਾੜਿਆਂ ਨੂੰ ਸ਼ੁਗਲ ਲੱਗੇ ਇਹ ਪਵਾਉਣਾ ਪੈਣਾ ਹੁਣ ਪਾੜ ਕਿਹੜੀ ਗੱਲੋਂ ਲੱਛਣ ਮੇਰੀ ਮੈਂ ਸੈਨ ਹੋ ਗਏ ਆ ਬਾਊ ਜੀ ਸਮਾਜ ਭਾਈ ਨਾਲ ਤੇਰੀ ਗੱਲ ਕਰਾਈ ਮੈਂ ਉਹਨਾਂ ਨੇ ਕਿਹਾ ਜਦੋਂ ਸਹਿਨ ਹੋ ਜਾਣ ਸ਼ਬਾਦ ਭਾਈ ਨੂੰ ਦੱਸਿਆ ਸੀ ਮੇਰੀ 60,000 ਦੀ ਬੈਟਰੀ ਪੈਣੀ ਆ ਸ਼ਬਾਦ ਭਾਈ ਨੂੰ ਇਹ ਦੱਸਿਆ ਸੀ ਵੀ ਇਹਦੇ ਟਾਇਰ ਪੈਣੇ ਆ ਸ਼ਬਾਦ ਭਾਈ ਨੂੰ ਇਹ ਦੱਸਿਆ ਵੀ ਸਟੇਅਰਿੰਗ ਹੈ ਨਹੀਂ ਆਪਣੀ ਮਰਜ਼ੀ ਨਾਲ ਗੱਡੀ ਟੁੱਟ ਜਾਂਦੀ ਆ ਸ਼ਬਾਦ ਭਾਈ ਨੂੰ ਦੱਸਿਆ ਵੀ ਡਿੱਗੀ ਆਪਣੀ ਮਰਜ਼ੀ ਨਾਲ ਖੁੱਲ ਜਾਂਦੀ ਆ 1:45 ਤੇ 27 ਤਰੀਕ ਨੂੰ ਤਾਂ 1:47 ਦੇ ਹੋਵੇ ਉਹਨਾਂ ਨੂੰ ਦੱਸਿਆ ਵੀ ਆ ਚੀਜ਼ ਦਾ ਵਿੱਚ ਗੱਡੀ ਦੇ ਵਿੱਚ ਹੈ ਕਰੀ ਗੱਡੀ ਤਾਂ ਦਿੱਤੀ ਸਹਿਨ ਕੀਤੇ ਲੈ ਗੱਡੀ ਸਹਿਨ ਤੁਸੀਂ ਤਾਂ ਮੈਨੂੰ ਦੱਸਿਆ ਵੀ ਚੀਜ਼ਾਂ ਹੈ ਮੈਂ ਤਾਂ ਗੱਡੀ ਖਲੋਤੀ ਹੈ ਤੁਸੀਂ ਕਹਿ ਲੈ ਜਾਓ ਬੇਟਾ ਵੋ ਗੱਡੀ ਵੀ ਤੈਨੂੰ ਇਹਦੇ ਨਾਲ ਗੱਡੀ ਨਵੀਂ ਲੈ ਦਿੰਦਾ ਆ ਜਾ ਮੈਂ ਮੈਨੂੰ ਤੇਰੀ 2 ਹਫ਼ਤੇ ਬਾਅਦ ਮੈਂ ਵੇਚਦਾ ਮਕਾਨ ਜਿਹੜੇ 'ਚ ਮੈਂ ਰਹਿਣ ਡਿਆ ਬੱਚੇ ਮੈਂ ਲੈ ਜਾਂਦਾ ਉਹ ਕੁਲੀਆਂ 'ਚ ਤੈਨੂੰ ਗੱਡੀ ਮੈਂ ਲੈ ਦਿੰਦਾ ਤੂੰ ਮੈਨੂੰ ਪਹਿਲਾਂ ਕਿਉਂ ਦੱਸਿਆ ਵੀ ਤੇਰੀ ਗੱਡੀ ਨੂੰ ਇੰਨੀਆਂ ਤਕਲੀਫਾਂ ਇੰਨੀਆਂ ਜ਼ਰਬਾਂ ਆਈਆਂ ਤੇਰੀ ਗੱਡੀ ਨੂੰ ਇੰਨੀ ਗੱਡੀ ਤੇਰੀ ਤਬਾਹ ਬਰਬਾਦ ਹੋਈ ਹੈ ਇੰਨਾ ਤਾਂ ਬੰਬ ਰੱਖੋ ਚੀਜ਼ਾਂ ਨਹੀਂ ਗਾਇਬ ਹੁੰਦੀਆਂ ਜਿੰਨੀਆਂ ਤੇਰੀਆਂ ਪਹਿਲਾਂ ਗਾਇਬ ਹੋ ਗਈਆਂ ਛੋਟੇ ਬੋ ਗੱਡੀ ਦਾ ਵੀ ਇਹ ਤੁਸੀਂ ਪਤਾ ਨਹੀਂ ਗੱਡੀ ਦੇ ਕੱਪੜੇ ਹੀ ਸੁੱਕਣੇ ਪਾਉਂਦੇ ਆ ਲੱਖ ਲਾਣਾ ਤਾਂ ਗੱਡੀ ਦੇ ਉਹ ਤੇਰੀ ਆ ਜੋ ਵੀ ਹੈ ਤੇਰੀ ਆ ਤੇ ਤੁਹਾਡੀ ਹੀ ਆ ਮੈਨੂੰ ਤਾਂ ਹੁਣ ਪਤਾ ਲੱਗਾ ਆ ਹੋਰ ਘੰਟੇ ਬਾਅਦ ਤੁਸੀਂ ਇਹ ਕਹਿ ਦੇਣਾ ਗੱਡੀ ਨਾਲ ਲਿਜਾਈ ਯਾਰ ਅਸੀਂ ਕੂੜਾ ਉਹ 'ਚ ਸਿੱਟਦੇ ਮੈਨੂੰ ਤਾਂ ਇਹ ਡਰ ਲੱਗਣ ਲੱਗ ਪਿਆ ਵੀ ਭਾਅ ਜੀ ਸਵੇਰੇ ਜਮਾਦਾਰ ਇਹ 'ਚੋਂ ਕੱਢ ਕੇ ਲਿਜਾਂਦਾ ਆ ਕੈਸੀ ਗੱਲ ਸਫਾਈ ਵਾਲੀ ਗੱਡੀ ਨੂੰ ਟਾਇਰ ਪਵਾਉਣ ਡਏ ਆ ਤੁਸੀਂ ਵੀ ਜਮਾਦਾਰ ਨੂੰ ਇਹ ਨਾ ਲਿਜਾਣਾ ਨਾ ਪਵੇ ਇਹੀ ਰੇੜ ਕੇ ਸਿੱਟ ਕੇ ਤਾਂ ਵਾਪਸ ਲੈ ਆਇਆ ਕਰ ਲੱਖ ਲਾਣਾ ਤਾਂ ਵੀ ਗੱਡੀ 'ਤੇ ਚਲੋ ਹੁਣ ਅੱਛਾ ਹੁਣ ਸੈਨ ਹੋਏ ਹੁਣ ਇੱਜ਼ਤ ਵੀ ਸੈਨ ਸੂਨ ਭਾਅ ਜੀ ਮਾਫ਼ ਕਰੋ ਤੁਹਾਡੀ ਮਿਹਰਬਾਨੀ ਹੈ ਇਹ ਤਾਂ ਹੁਣ ਪਵਾਉਣਾ ਹੀ ਪੈਣਾ ਇਹ ਤਾਂ ਪਵਾਉਣਾ ਪੈਣਾ ਅੱਛਾ ਚੱਲ ਪਾਣਾ ਇਹ ਪਵਾਉਣਾ ਪੈਣਾ ਸਬਰ ਕਰ ਇਹ ਪਵਾਉਣਾ ਪੈਣਾ ਸੈਨ ਕੀਤੇ ਆ ਸੈਨ ਕੀਤੇ ਗਵਾਵਾਂ ਦੇ ਦਸਖਤ ਹੋਏ ਆ ਸਾਡਾ ਗਵਾਵਾਂ ਦੇ ਦਸਖਤ ਮੈਂ ਇੱਥੇ ਬੜਾ ਕਿੱਲਾ ਜ਼ਮੀਨ ਲੈ ਲਈ ਹੈ ਫਿਰ ਉਹ ਤੁਹਾਡੇ ਗੱਡੀ ਦੇਣ ਦੇ ਏਡੀ ਤਾਂ ਸੋਢੇ ਵਾਲੀ ਗੱਡੀ ਪੂਰੀ ਨਹੀਂ ਹੁੰਦੀ ਜਿੱਡੀ ਇਹ ਭਾਈ ਦੀ ਆ ਕਿੱਡਾ ਨਾ ਨਸੀਬ ਵੀ ਕੀ ਹੁਣ ਗੱਡੀ ਤੁਹਾਡੀ ਦੇ ਹਾਲਾਤ ਬਾਹਰ ਦੱਸਾਂ ਤੁਹਾਨੂੰ ਦੱਸਿਆ ਆ ਕੇ ਏਡਾ ਵੀ ਕੀ ਬਣਿਆ ਫਿਰ ਜਿਹੜਾ ਬੰਦਾ ਵੀ ਪੜ੍ਹਿਆ ਆ ਤੇ ਪੂਰਾ ਫਿਰ ਕੇ ਆਇਆ ਅਸੂਲ ਤੋਂ ਪੁੱਠੇ ਲੈ ਕੇ ਆਇਆ ਮੈਂ ਇਸ ਗੱਡੀ ਤੇ ਥੋੜਾ ਫਿਰ ਕੇ ਆ ਲੈ ਇਹ ਗੱਡੀ ਉਹਦੇ ਇੱਥੇ ਹੀ ਸੀ ਹੁਣ ਮੇਰੀ ਗੱਲ ਸੁਣ ਇਹ ਮੁਕੱਦਰਾਂ ਵਾਲੀ ਗੱਡੀ ਆ ਓਏ ਤੂੰ ਲੈ ਜਾ ਇੱਕ ਮਿੰਟ ਗੱਲ ਸੁਣ ਮੇਰੀ ਤੂੰ ਲੈ ਜਾ ਮੁਕੱਦਰਾਂ ਵਾਲਿਆ ਖੋਟੇ ਮੁਕੱਦਰਾਂ ਵਾਲਿਆ ਤੂੰ ਲੈ ਜਾ ਮੇਰੀ ਗੱਲ ਸੁਣ 1:45 ਤੇ ਤੂੰ ਗੱਡੀ ਲਈ ਮੇਰੇ ਨਾਲ ਤਾਂ ਕਰੋ ਮੈਂ 60,000 ਮੰਗਾ ਤਾਂ ਮੈਨੂੰ ਇਹ ਸ਼ਰਮ ਆਉਣੀ ਮੈਂ ਟਾਇਰ ਗੱਡੀ ਦਾ ਜੀ ਉਹ ਬੈਟਰੀ ਰਖਾਉਣੀ ਪੁੱਤਰ ਗੱਲ ਸੁਣ 1:45 ਤੇ ਤੂੰ ਗੱਡੀ ਲਈ ਹੈ ਹੁਣ 1:45 ਤੋਂ ਬਾਅਦ ਸਾਰੀ ਜ਼ਿੰਮੇਵਾਰੀ ਤੇਰੀ ਹੈ ਜਿਸ ਬੰਦੇ ਨੂੰ ਪੜਾਏਗਾ ਨਾ ਕਿ ਜੀ 1:45 ਤੋਂ ਪਹਿਲੇ ਜੇਕਰ ਗੱਡੀ ਨਸੀਬ ਵੀ ਕੀਤੀ ਸੀ ਇਹ ਸਾਰੀ ਜ਼ਿੰਮੇਵਾਰੀ ਉਹਦੀ ਸੀ 1:45 ਤੋਂ ਬਾਅਦ ਉਹ ਵੀ ਤਸਲੀਮ ਆਵਾਜ਼ ਦੀ ਤੁਸੀਂ ਜ਼ਰਾ ਨਹੀਂ ਘੱਟਦੇ ਵੀ ਇਹ ਪਹਿਲਾਂ ਗੱਡੀ ਦੀ ਨਸੀਬ ਵੀ ਕੀਤੀ ਸੀ ਇਹ ਤੁਹਾਨੂੰ ਜ਼ਰਾ ਘਟਾ ਰਹੇ ਹੋ ਜ਼ਰਾ ਮਹਿਸੂਸ ਤਾਂ ਨਹੀਂ ਲੋਕਾਂ ਨੂੰ ਪਤਾ ਉਹ ਤੁਸੀਂ ਉਹ ਤਾਂ ਇਸ ਗੱਲ ਤੋਂ ਵੀ ਆ ਗੱਡੀ ਜਿਹੜੀ ਜਿਸ ਬੰਦੇ ਨੂੰ ਤਹਿਰੀਰ ਪੜਾਏਗਾ ਅਗਲਾ ਕੀ ਕਹੇਗਾ ਥੂ ਥੂ ਕਰੇਗਾ ਤੇਰੇ ਤੇ ਮੈਂ ਗੱਡੀ ਦਿਖਾਊਂਗਾ ਬਾਹਰ ਖੜੂ ਖਲੋਤੀ ਹੈ ਜਦੋਂ ਲਿਖੋਗੇ ਵੀ ਇਸ ਟਾਈਮ ਤੋਂ ਬਾਅਦ ਗੱਡੀ ਤੇਰੀ ਹੈ ਇਸ ਗੱਡੀ ਦੀ ਸਾਰੀ ਜ਼ਿੰਮੇਵਾਰੀ ਤੇਰੀ ਹੈ ਕੋਈ ਮੇਰੀ ਜ਼ਿੰਮੇਵਾਰੀ ਨਹੀਂ ਤੁਹਾਡੀ ਮਿਹਰਬਾਨੀ ਹੈ ਇਸ ਗੱਡੀ ਤੇ ਅਗਰ ਡਕੈਤੀ ਹੋਈ ਪਰਚਾ ਵੀ ਉਹ ਵੀ ਤੂੰ ਭੁਗਤਣਾ ਹੈ ਇਹ ਤੇ ਇਸ ਗੱਡੀ ਤੇ ਕਿਹੜੀ ਗੱਡੀ ਜਿਹੜੀ ਤੂੰ ਲੈ ਕੇ ਚੱਲੀ 2 ਕਰੋੜ ਦਾ ਪਰਚਾ ਉਹ ਕਿਹੜਾ ਮਹਿੰਗਾ ਵਾ ਭਾਰੀ ਲੈਣਾ ਵਾ ਹਰ ਪਾਸੇ ਤੋਂ ਮਰਹੂਮ ਆ ਇਹ ਤੇ ਵੀ ਪਰਚਾ ਹੋ ਗਿਆ ਲਚਾਰ ਗੱਡੀ ਤੇ ਵੀ ਪਰਚਾ ਹੋ ਗਿਆ ਮਜ਼ਦੂਰ ਗੱਡੀ ਤੇ ਵੀ ਪਰਚਾ ਹੋ ਗਿਆ
ਛੋਟੇ ਮੂੰਹ ਤੁਹਾਡੇ ਗੱਡੀ ਲੈਣ ਤੇ ਇਹਦੇ ਨਾਲ ਸਾਈਕਲ ਲੈ ਲਓ ਚਾਈਨਾ ਦਾ। ਅੱਛਾ ਚੱਲ ਪਤਾ ਕਿ ਲਤੀਫ ਹਸਨ ਦਾ ਹਸਾ ਉਹ ਥੋੜ੍ਹਾ ਜਿਹਾ ਮੂਡ ਨੂੰ ਠੀਕ ਕਰ। ਨਹੀਂ ਮੈਨੂੰ ਮੂਡ ਭਾਅ ਜੀ ਮੈਂ ਦਾਖਲਾ ਲਾ ਮੈਂ ਦੇ ਲੈਣੀ ਵਾੜ 'ਚ ਮੈਂ ਤਾਂ 6,000 'ਚ ਵਿਆਹ ਵੇਖਣਾ ਪੂਰਾ। ਕਿਸ਼ਤਾਂ ਦੇ ਪਵਾ ਲਾ ਤੂੰ ਲੈ ਕਿਸ਼ਤਾਂ ਦੇ ਪਵਾ ਲਾ ਹੌਲੀ ਹੌਲੀ ਲਾਈ ਜਾ। ਨਹੀਂ ਮੇਰਾ ਸਾਲਾ ਐਡਾ ਕੁਝ ਐਂਟਰੀ ਵਾਲਾ ਹੈ ਨਹੀਂ ਵੀ ਮੈਂ ਗੱਡੀ 'ਤੇ ਜਾਣਾ ਉਹ ਦਿਨ ਪੈਦਲ ਵੀ ਗੱਡੀ ਮੈਂ ਤੁਹਾਨੂੰ ਲੈਣੀ ਪੈਣੀ ਹੈ। ਨਹੀਂ ਮੈਂ ਨਹੀਂ ਲੈਣੀ ਲੋੜ ਖਰਚਾ ਦੇ ਦੇ ਖਰਚਾ ਕਰ ਦੇ ਬੁੱਢੀ ਆ ਮੇਰੀ 'ਚ ਨਿਆਣੇ 6 ਤੇ ਕੋਈ ਛੱਡ ਕੇ ਚੱਲਣਾ ਹੈ ਯਾਰ ਕਿਸ ਹਿਸਾਬ ਨਾਲ ਖਰਚਾ ਤੈਨੂੰ ਦੇਵਾਂ। ਭਾਈ ਤੂੰ ਸਾਈਨ ਕੀਤੇ ਆ ਜਿੱਥੇ ਲਿਖਤ ਪੜਤ ਹੋ ਗਈ ਨਾ ਮੈਂ ਇਸ ਗੱਲ ਤੋਂ ਮੁਕਰ ਨਹੀਂ ਜਾਂਦਾ। ਲਿਖਤ ਪੜਤ ਕੀ ਆ ਉੱਥੇ ਪੜ ਕੇ ਨੂੰ ਪਾੜ ਦਿਓ ਲੈ ਐਵੇਂ ਪਾੜ ਦਿਓ ਕਾਪੀ ਦਾ ਵਰਕਾ ਦਾ ਹੈਗਾ ਤੇਰੀ ਕਿਹੜੀ ਮੇਰੇ ਮੂੰਹ ਹੋਰ ਸੁਣਨ ਲੱਗਾ ਸੀ ਕਿਹੜਾ ਨਿਕਾਹ ਨਾਮਾ ਲਿਖਿਆ ਉੱਥੇ ਉਹ ਨਹੀਂ ਲੈ ਸਾਜ ਜੀ ਮੈਂ ਬਕਵਾਸ ਕਰਨ ਰਿਹਾ ਤੂੰ ਤੁਸੀਂ ਐਵੇਂ ਨਜਾਇਜ਼ ਜੀ ਮੈਂ ਤੂੰ ਬਾਹਰ ਨਿਕਲ ਤੇਰਾ ਮੈਂ ਇੰਜ ਦਾ ਦਿਮਾਗ ਸਹੀ ਕਰੂੰਗਾ ਨਾ ਹੁਣ ਚੀਜ਼ਾਂ ਪਾਉਣੀਆਂ ਪੈਣਗੀਆਂ 1:45 ਦੇ ਸਾਈਨ ਹੋ ਗਏ ਸਾਈਨ ਮੈਂ ਕਾਹਦੇ ਕਰਦੇ ਯਾਰ ਕਿਸ ਕਰਦੇ ਕਰਦੇ ਮੈਂ ਤਾਂ ਕਿ ਮੈਂ ਹਰ ਗੱਲ ਬਰਦਾਸ਼ਤ ਕਰ ਲੈਣਾ ਲੈ ਕੈਸਾ ਮੈਨੂੰ ਹਿਸਾਬ ਦੇ ਵਿੱਚ ਲਿਖ ਲਿਖਾ ਕਰਕੇ ਤੇ ਗੱਡੀ ਦਾ ਟਾਇਰ ਹੈ ਨਹੀਂ ਕਿਸੇ ਦਾ ਤੂੰ ਸਾਰੀਆਂ ਗੱਡੀਆਂ ਠੀਕ ਹੀ ਇੰਜ ਕਰਵਾਈਆਂ ਆ ਘਰ ਵੀ ਤੂੰ ਇੰਜ ਠੀਕ ਕਰਵਾਇਆ ਮੈਨੂੰ ਤਾਂ ਹੁਣ ਪਤਾ ਲੱਗਾ ਇਹ ਮੇਰੇ ਲਤੀਫੇ ਤੇ ਜਿੰਨੇ ਲਤੀਫਿਆਂ ਤੇ ਹੱਸੇਗਾ ਮੈਂ 1-1 ਲਕੀਰ ਫੇਰੀ ਜਾ। ਨਹੀਂ ਮੈਂ ਦੱਸਣਾ ਮੈਂ ਤੇਰੀ ਮਈਅਤ ਤੇ ਰੋਣਾ ਆ ਜਿਹੜਾ ਭਾਈ ਨੂੰ ਇਹ ਗੱਲਾਂ ਦੱਸਦਾ ਵੀ ਲਿਖ ਲਿਖਾ ਜ਼ਰੂਰੀ ਹੈ ਤਾਂ ਜੀ ਇਹਨੇ ਸਮਾਨ ਹੁਣ ਦੇ ਕੇ ਹੀ ਛੁੱਟਣਾ ਲੈ ਸਮਾਨ ਦੇ ਕੇ ਛੁੱਟਣਾ ਇਹ ਸਮਾਨ ਸਪੇਅਰ ਪਾਰਟ ਵਾਲਾ ਪੈਸੇ ਦੇਣੇ ਪੈਣੇ ਆ ਗੱਲ ਪਤਾ ਕੀ ਚਾਰ ਸਪੇਅਰ ਪਾਰਟ ਸਾਈਨ ਨਾ ਹੋ ਜਾਂਦੇ ਹੋਰ ਗੱਲ ਸੀ ਹੁਣ ਤੂੰ ਸਾਈਨ ਕਰਤੇ ਨੇ ਤੁਹਾਡੇ ਦੋਸਤ ਨੇ ਐਸੇ ਮੈਂ ਤੇ ਨਹੀਂ ਇਸ ਤਰ੍ਹਾਂ ਜਾਣ ਦੇਣਾ ਹੁਣ ਉਸਤਾਦ ਜੀ ਰਾਤ ਦਾ ਟਾਈਮ ਰਾਤ ਦਾ ਟਾਈਮ ਆ ਤਾਂ 9 ਵਜੇ 9:30 ਇਹਨੂੰ ਫੰਸੀ ਆ ਹਨੇਰਾ ਇੰਨਾ ਉਸਤਾਦ ਜੀ ਕਿ ਇਸ ਹੱਥ ਨੂੰ ਆਹ ਹੱਥ ਨਹੀਂ ਦਿਸਣ ਦਿਆ। ਇੱਕ ਚੌਂਕ 'ਚ ਬਾਬਾ ਖਲੋਤਾ ਉਹਦੇ 'ਚ ਮੋਟਰਸਾਈਕਲ ਉਹ ਵੱਜਾ ਜਿਹਦੀ ਨਾ ਬੱਤੀ ਚੱਲਦੀ ਨਾ ਉਹ ਬਾਬਾ ਕਹਿੰਦਾ ਤੇਰੀ ਕੋਈ ਸ਼ੈ ਨਹੀਂ ਚੱਲਦੀ ਤੁਸੀਂ ਗੱਡੀ ਲਾ ਲੈ ਮੈਨੂੰ ਤਾਂ ਪਤਾ ਲੱਗ ਜਾ ਤੂੰ ਆਉਣ ਦੇ ਅੱਛੀ ਗੱਲ ਅੱਛੀ ਗੱਲ ਹੈ ਨਹੀਂ ਸਰ ਇਹਨੇ ਸਮਾਨ ਦੇ ਕੇ ਹੀ ਛੁੱਟਣਾ ਇਹ ਨਹੀਂ ਸਮਝ ਨਹੀਂ ਲੱਗਣ ਦੇ ਠੀਕ ਆ ਭਾਵੇਂ ਮੈਂ ਨਿਕਲਣ ਲੱਗਾ ਨਿਕਲਣਾ ਕਿੱਥੇ ਗੱਡੀ ਲੈ ਕੇ ਜਾ ਦਿਮਾਗ ਨਾ ਖਰਾਬ ਕਰੋ ਮਿਹਰਬਾਨੀ ਹੈ ਜਲੀਲ ਨਹੀਂ ਕਿਸੇ ਨੂੰ ਕਰੀਦਾ ਹੁੰਦਾ ਸਮਝ ਲੱਗੀ ਗੱਲ ਨਹੀਂ ਹੈ ਮੈਂ ਬੜੇ ਮਾਣ ਜ਼ੋਰ ਨਾਲ ਗੱਡੀ ਲੈਣ ਆਇਆ ਸੀ ਤੇ ਤੁਸੀਂ ਮੇਰੇ ਮਾਣ ਦੀ ਜਿਹੜੇ ਤੁਹਾਨੂੰ ਮਨਾ ਕੀਤਾ ਕੀ ਜੀ ਇੱਕ ਫੁੱਲ ਕਾਲਾ ਬੰਦਾ ਅੱਛਾ ਇਸ ਕਿਸਮ ਦਾ ਕਾਲਾ ਵੀ ਉਹ ਦਿਨੇ ਵੀ ਨਹੀਂ ਸੀ ਦਿਸਦਾ ਕਿਤੇ ਚੂਨੇ ਦੇ ਲਾਗੋ ਲੰਘਦਾ ਫਿਰ ਕਿਤੇ ਉੱਤੇ ਝਾਤੀ ਪਈ ਕਿਆ ਬਾਤ ਹੈ ਸਰ ਮਜ਼ਾ ਆਇਆ ਸੁਣ ਕੇ ਲਓ ਮੈਂ ਬਾਹਰ ਨਿਕਲਣ ਲੱਗਾ ਚਾਬੀ ਦੇ ਦੇ ਨਾਲ ਫਿਰ ਨਹੀਂ ਚਾਬੀ ਚਾਬੀ ਕੋਲ ਰੱਖੋ ਚਾਬੀ ਗੱਡੀ ਲੈਣਾ ਉਹਦੀ ਗੱਡੀ ਚਾਬੀ ਇਹਨੂੰ ਇਹਨੂੰ ਦੇ ਇਹਦੇ ਮੇਰੇ ਮੂੰਹ ਚਾਬੀ ਦੇ ਅੱਛਾ ਗੱਲ ਸੁਣ ਮੈਨੂੰ ਮੈਂ ਚਾਹੀਦੀ ਨਹੀਂ ਗੱਡੀ ਖਰਚਾ ਜੀ ਦੋਸਤ ਮੇਰਾ ਉਹਨੇ ਸਾਹਮਣੇ ਦਾ ਗੜਕਾਇਆ ਬੂਆ ਪਤਾ ਕੀ ਖੁਦਾ ਦੀ ਕਸਮ ਮੈਂ ਥਾਣੇ ਫੋਨ ਕਰ ਦੇਣਾ ਜੀ ਤਸਲੀਮ ਤੰਗ ਹੋਏਗਾ ਥਾਣੇ ਕਿਉਂ ਫੋਨ ਬੰਦਾ ਭਰਤੀ ਕਰਾਉਣਾ ਤੁਸੀਂ ਕੀ ਗੱਲ ਕੋ ਬੰਦਾ ਤੇਰੇ ਸਹਿਨ ਹੋਏ ਮੇਰੇ ਕੋ ਤੂੰ ਸਹਿਨ ਨਹੀਂ ਸਹਿਨ ਮੈਂ ਕਾਹਦੇ ਕਰ ਦਿੱਤੇ ਤੂੰ ਪਾਗਲ ਤੇ ਨਹੀਂ ਆ ਤੁਸੀਂ ਮੇਰੇ ਪਸਤੌਰ ਰੱਖਿਆ ਆ ਇੱਥੇ ਪਸਤੌਰ ਕਿਸੇ ਕੁੱਤੇ ਨੇ ਰੱਖਿਆ ਤੇਰੇ ਤੇ ਫਜ਼ੂਲ ਗੱਲਾਂ ਕਰ ਰਿਹਾ ਰੱਖਿਆ ਨਹੀਂ ਤੂੰ ਤੇਰੇ ਨਾਲ ਪਿਆਰ ਨਾਲ ਗੱਲ ਕੀਤੀ ਤੇਰੇ ਕੋਲ ਪੁੱਛਿਆ ਤੇਰੀ ਫੋਨ ਤੇ ਗੱਲ ਕਰੇ ਤੂੰ ਸਹਿਨ ਕੀਤੇ ਮਿਹਰਬਾਨੀ ਵਾਲੀ ਕਿਹੜੀ ਗੱਲ ਯਾਰ ਆਰਾਮ ਦਿਓ ਤੁਹਾਡੀ ਮਿਹਰਬਾਨੀ ਖਰਚਾ ਦੇ ਦੇ ਪਰ ਲੈ ਜਾ ਗੱਡੀ ਉਹ ਖਰਚਾ 60 ਬਾਜ਼ਾਰ ਗਿਣਦੇ ਅੱਧਾ ਘੰਟਾ ਲੱਗਦਾ ਆ ਮੈਨੂੰ ਮਸੀਤੇ ਲੈ ਜਾ ਮੈਨੂੰ ਤਾਂ ਕਈ ਸਾਲ ਹੋ ਗਏ 60 ਗਿਣੇ 60,000 ਗਿਣ ਲੱਗੇ ਅੱਧਾ ਘੰਟਾ ਲੱਗਦਾ ਉੱਥੋਂ ਤਾਂ ਤੂੰ ਨਹੀਂ ਸਾਡੇ ਕੋਲ ਲੱਗਦਾ ਆ ਨਾ ਮੇਰੇ ਕੋਲ ਕਦੀ ਕਿਤੇ ਆਉਣਾ ਤੂੰ ਐਸੀ ਗੱਡੀ ਮੇਰੇ ਕੋਲ ਠੀਕ ਕਰਵਾਈ ਹੈ ਬੈਟਰੀ ਵੀ ਪਾ ਦਿਓ ਚਾਹ ਵੀ ਪਾ ਦਿਓ ਚਾਹ ਵੀ ਲੈ ਜਾਓ ਤੇ ਉਹ ਵੀ ਕਰ ਦੋਸਤ ਮੇਰਾ ਉਸਤਾਦ ਜੀ ਉਹਨੇ ਸਾਹਮਣੇ ਦਾ ਤੇਰਾ ਦੋਸਤ ਕਿਹੜਾ ਤੈਨੂੰ ਮਾਰ ਦਵੇ ਓਏ ਫੜੂ ਜਾ ਕਿਸੇ ਪਾਸੇ ਯਾਰ ਸਾਨੂੰ ਹਾਂਜੀ ਸਾਹਮਣੇ ਉਹ ਤਸਲੀਮ ਆਇਆ ਸੀ ਗੱਡੀ ਮੰਗਦਾ ਪਿਆ ਸੀ ਆਹ ਤੇ ਮੈਂ ਕਿਹਾ ਬਾਜੀ ਰਹਿਣ ਦਿਓ ਮੈਂ ਕੋਈ ਗੱਡੀ ਆ ਗਈ ਹੈ ਮੈਂ ਉੱਥੋਂ ਲੈ ਜਾਣੀ ਆ ਤਹਿਰੀਰ ਕੀਤੀ ਹੈ ਸਾਈਨ ਕੀਤੇ ਨੇ ਕਿ ਜੀ ਗੱਡੀ ਦਾ ਨਾ 1:45 ਤੇ ਮੈਂ ਹਵਾਲਾ ਪਵਾਤਾ ਕਿਹਨੇ ਹਵਾਲਾ ਪਵਾਇਆ ਤੁਸੀਂ ਆਪੀ ਬਾਜੀ ਲਿਖੀ ਜਾਣ ਦੇ ਆਪੀ ਤੂੰ ਸਾਰਾ ਕੁਝ ਕਰੀ ਯਾਰ ਤਸਲੀਮਦਾਰ ਕੋਈ ਦਲਗ ਹੀ ਨਹੀਂ ਇਸ ਗੱਲ ਬਾਜੀ ਦੱਸੋ ਨਾ ਵੀ ਗੱਡੀ ਲੈ ਗਿਆ ਸੀ ਰੌਲਾ ਪਾਈ ਜਾ ਰਿਹਾ ਇੰਜੀ ਰੌਲਾ ਪਾਈ ਜਾ ਰਿਹਾ ਗੱਡੀ ਲੈ ਗਿਆ ਸੀ ਗੱਡੀ ਨਹੀਂ ਜੀ 1:45 ਦੇਤੀ ਹੁਣ ਗੱਡੀ ਦੇ ਵਿੱਚ ਇਹਨਾਂ ਨੂੰ ਗੱਲਾਂ ਤੈਅ ਹੋਈਆਂ ਨੇ ਕਿਹਦਾ ਜਿਹੜਾ ਵੀ ਹੋਏਗਾ ਨਾ ਟੁੱਟ ਭੱਜ ਜੋ ਵੀ ਚ ਪੈਣ ਵਾਲੀ ਚੀਜ਼ ਤੁਸੀਂ ਦੇਣੀ ਹੈ ਉਹਨੇ ਦੱਸੋ ਚੱਲਦੀ ਗੱਡੀ ਲੈਣੀ ਹੁਣ ਜਦੋਂ ਗੱਡੀ ਕੱਢਣ ਲੱਗਾ ਨਾ ਕਿਹੜੀ ਕਿਹੜੀ ਚੀਜ਼ ਪੈਣ ਵਾਲੀ ਸੀ ਇਹ ਦੱਸੋ ਤੂੰ ਚੱਲ ਆਸਾਮ ਜੀ ਇਹ ਪੁੱਛੋ ਵੀ ਗੱਡੀ ਜਦੋਂ ਕੱਢਣ ਲੱਗਾ ਸੀ ਕਿਹੜੀ ਕਿਹੜੀ ਚੀਜ਼ ਭੁੱਲ ਗਈ ਜਿਹੜੀ ਮੈਂ ਬਾਅਦ ਪਵਾਉਣੀ ਸੀ ਉਹਦਾ ਉਹ ਖਰਚਾ ਨਹੀਂ ਦੇ ਰਿਹਾ ਬਸ ਖਰਚਾ ਘਰ ਵਾਲੀ ਹੈ ਮੈਂ ਤਾਂ ਫਿਰ ਕਹੀ ਹੈ ਨਾ ਗੱਡੀ ਦੀ ਦੱਸੋ ਮੈਂ ਤੁਹਾਨੂੰ ਐਪਲੀਕੇਸ਼ਨ ਦੀ ਫੋਟੋ ਖਿੱਚ ਕੇ ਭੇਜਦਾ ਉਹਨਾਂ ਦੇ ਫੋਨ ਦੇ ਹੋਰਾਂ ਨਾਲ
ਆਹ ਕਿੱਡਾ ਤਾਬੇਦਾਰ ਆ ਓਏ ਆਹ ਕਿੱਡਾ ਤਾਬੇਦਾਰ ਆਹ ਕਿੱਡਾ ਤਾਬੇਦਾਰ ਸਕੇ ਪਿਓ ਦੇ ਆਖੇ ਨਹੀਂ ਲੱਗਦਾ ਭਾਜੀ ਤੁਹਾਡੀ ਮਿਹਰਬਾਨੀ ਗੱਲ ਕਰਨ ਵਾਲੀ ਕਰਿਆ ਕਰੋ ਤੁਹਾਡੇ ਕੋਲ ਮੈਂ ਵੈਸੇ ਮਿਲਣਾ ਆ ਇਹਦਾ ਮਕਸਦ ਇਹ ਆ ਮੈਨੂੰ ਦਲੀਲ ਕਰਨ ਦਾ ਨਹੀਂ ਇਹ ਤਸਵੀਰ ਨਾ ਖਿੱਚੋ ਇਹ ਉਹ ਆ ਜਿਹੜੀ ਗੁਲਫਾਮ ਕੋਲੋਂ ਰਖਵਾਈ ਸੀ ਆਪਾਂ ਭਾਈ ਗੁਲਫਾਮ ਕੋਲ ਗੁਲਫਾਮ ਦੇਖਣਾ ਫਿਰ ਕਿੱਡਾ ਨਾਈਸ ਹੈ ਮੋਟਰਸਾਈਕਲ ਦੀ ਚਾਬੀ ਦਿਓ ਮੇਰੇ ਕੋਲ ਜੋ ਲਿਖਾਉਣਾ ਲਿਖਾ ਲਓ ਮੈਂ ਆਪ ਹੱਥੀ ਦੇ ਕੇ ਆਉਂਦਾ ਚੱਲ ਆ ਬਾਹਰ ਆ ਜੇ ਮੈਂ ਤੈਨੂੰ ਸੜਕ ਟੱਪਣ ਦਾ ਮਤਲਬ ਕਹਿ ਦੀ ਲਾਂਤੀ ਆ ਤੂੰ ਆ ਉੱਠ ਉੱਠਣ ਵਾਲੇ ਆ ਤੁਹਾਨੂੰ ਐਪਲੀਕੇਸ਼ਨ ਜਿਹੜੀ ਉਹ ਸੈਂਡ ਕਰ ਦਿੱਤੀ ਤੜੀਆਂ ਵੀ ਲਾਉਂਦਾ ਠੀਕ ਹੈ ਪੈਸੇ ਦੇ ਦਿੰਦਾ ਠੀਕ ਹੈ ਨਹੀਂ ਤਾਂ ਫਿਰ ਜੋ ਤੁਹਾਡੇ ਕੋਲ ਹੁੰਦਾ ਤੁਸੀਂ ਕਰ ਲੈਣਾ ਮੇਰੀ ਜ਼ਿੰਦਗੀ ਦੀ ਗਲਤੀ ਹੈ ਜਿਹੜੀ ਮੈਂ ਤੁਹਾਨੂੰ ਮਿਲਣਾ ਹੈ ਫਿਰ ਉਹੀ ਗੱਲ ਨਹੀਂ ਮੈਂ ਅੱਜ ਤੋਂ ਬਾਅਦ ਬੜਾ ਮੈਂ ਕਹਿੰਦਾ ਮੈਂ ਬਗੈਰਤ ਹੋਵਾਂ ਅੱਜ ਤੋਂ ਬਾਅਦ ਮੈਨੂੰ ਬਰੀ ਕਰ ਦਿਓ ਬਸ ਮੈਨੂੰ ਮੈਂ ਕਹਿੰਦਾ ਮੈਨੂੰ ਤੁਸੀਂ ਕਹਿਣਾ ਜਾ ਘਰ ਚਲ ਜਾ ਆਪਣੇ ਮੈਨੂੰ ਇੰਜ ਲੱਗਣਾ ਮੇਰੇ ਸਿਰ ਤੋਂ ਇੰਨਾ ਭਾਰ ਲੈਣਾ ਜਿਵੇਂ ਮੈਂ ਵੱਡੀ ਬੱਚੀ ਵਿਆਹਤੀ ਏਦਾਂ ਮੇਰਾ ਭਾਰ ਲੈਣਾ ਸਿਰਫ ਏਦਾਂ ਕਹਿਣ ਲਾ ਵੀ ਜਾ ਚਲ ਜਾ ਤਸਲੀਮ ਘਰ ਚਲ ਜਾ ਇੱਕ ਰਜਾਈ ਜਿਹੜੇ ਆ ਨਾ ਏਦਾਂ ਕਰਦੇ ਹੀ ਹੁੰਦੇ ਇਹਨਾਂ ਦੀਆਂ ਗੱਲਾਂ 'ਚ ਨਾ ਆਇਓ ਆਹੋ ਤਿੰਨ ਭਰਾ ਏਦਾਂ ਹੀ ਰੋਣ ਡਏ ਇਹਦੇ ਉੱਤੇ ਤਿੰਨ ਭਰਾ ਏਦਾਂ ਹੀ ਰੋਣ ਡਏ ਉਹ ਤਿੰਨ ਤੋਂ ਵੱਡੇ ਜਿਹੜੇ ਆ ਅਰਬ ਦੀ ਮਠਿਆਈ ਤੇਰੇ ਹੱਥ ਮੰਗਵਾਈ ਹੈ ਅਰਬ ਦੀ ਮਠਿਆਈ ਅਰਬ ਦੀ ਭਾਜੀ ਮੈਨੂੰ ਸਾਂਗਲੇ ਦੀ ਰਾਸ ਨਹੀਂ ਆਈ ਮੈਨੂੰ ਸ਼ਾਹਕੋਟ ਦੀ ਲੜ ਜਾਣੀ ਜੇ ਜਾਂ ਮੇਰੇ ਨਾਲ ਕੰਮ ਹੋਇਆ ਬਸ ਬਰਫੀ ਮੰਗਵਾਈ ਤੇਰੇ ਮੈਂ ਬਰਫੀ ਨੂੰ ਹੱਥ ਪਾਉਣਾ ਮੈਨੂੰ ਪਤਾ ਬਾਅਦ 'ਚ ਕਿਹੜਾ ਕੇਸ ਪੈਣਾ ਵਿੱਚ ਹੁਣ ਤਾਂ ਗੱਡੀ ਦਾ ਪਿਆ ਹਜੇ ਤਾਂ ਇੰਜਣ ਦਾ ਪਿਆ 67,000 ਦੀ ਬੈਟਰੀ ਬਰਫੀ ਕਿੰਨੀ ਕੁ ਮਹਿੰਗੀ ਹੈ ਚੱਲ ਕੰਮ ਕਰ ਅੱਧੇ ਮੈਂ ਪਾ ਦੇਣਾ ਅੱਧੇ ਤੂੰ ਪਾ ਲੈ ਮੈਨੂੰ ਉੱਥੇ ਉਮਰੇ 'ਤੇ ਭੇਜਣ ਲੱਗੇ ਅਬੇ ਮੈਨੂੰ ਉਮਰੇ 'ਤੇ ਭੇਜਣ ਲੱਗੇ ਜੀ ਭਾਜੀ ਬੜਾ ਵੱਡਾ ਦਿਲ ਆ ਤੁਹਾਡਾ ਕਿਆ ਬਾਤ ਇੱਦਾਂ ਨਹੀਂ ਤੁਸੀਂ ਕਦੀ ਕਿਸੇ ਨਾਲ ਕੀਤੀ ਦਿਲ ਵੱਡਾ ਨਹੀਂ ਹੈ ਸੁੱਜਿਆ ਬਿਮਾਰੀ ਦੀ ਵਜ੍ਹਾ ਕਿਹੜੀ ਬਿਮਾਰੀ ਦਿਲ ਵੱਡਾ ਹੋਵੇ ਤਾਂ ਮੈਨੂੰ ਕਹੇ 67,000 ਦੀ ਬੈਟਰੀ ਪਾ ਕੇ ਟਾਇਰ ਦੇ ਪੈਸੇ ਵੀ ਗਏ ਟਾਇਰ ਦੇ ਨਾ ਪਾਈ ਹਾਂ ਬੈਟਰੀ ਦੇ ਪੈਸੇ ਵੀ ਗਏ ਹਾਂ ਡਿੱਗੀ ਦੇ ਪੈਸੇ ਵੀ ਗਏ ਸਾਰਾ ਕੁਛ ਮੈਂ ਦੇ ਦਿੰਦਾ ਠੀਕ ਹੈ ਪਰਚਾ ਭੁਗਤ ਲੈ ਬਸ ਤੂੰ ਡਕੇਤੀ ਵਾਲਾ ਚੱਲ ਹੁਣ ਤਾਂ ਨਾ ਨਾ ਕਰੀ ਭਾਈ ਹੁਣ ਤਾਂ ਤੇਰੇ ਬਾਰੇ ਦੀ ਗੱਲ ਖਰਚਾ ਗਿਆ ਪਰਚਾ ਰਹਿ ਗਿਆ ਬਸ 2-3 ਲੱਖ ਲੱਗਣਾ ਤੂੰ ਬਾਹਰ ਆ ਜਾਣਾ ਇੱਕ ਮਿੰਟ ਕੋਲ ਉਹਦੇ ਬੈਟਰੀ ਵੀ ਤੁਸੀਂ ਪਵਾਓ ਮੈਂ ਪਵਾ ਦਿੰਦਾ ਉਹਦੀ ਡਿੱਗੀ ਟਾਇਰ ਵੀ ਡਿੱਗੀ ਵੀ ਸਾਰਾ ਵੀ ਫਰਸ਼ ਵੀ ਸਾਰਾ ਕੁਝ ਠੀਕ ਕਰਾ ਦਿਆਂ ਟੈਂਕੀ ਵੀ ਫੁੱਲ ਕਰਾ ਦੂੰ ਤੈਨੂੰ ਪਰਚਾ ਮੈਂ ਭੁਗਤਾਂ ਪਰਚਾ ਤੂੰ ਗੱਡੀ ਤੁਹਾਡੇ ਫੇਰ ਦਰਵਾਜ਼ੇ ਅੱਗੇ ਹੀ ਹਾਂ ਤੈਨੂੰ ਮੈਂ ਵਿਆਹ 'ਤੇ ਵੀ ਨਹੀਂ ਗਿਆ ਬੱਚਿਆਂ ਨੂੰ ਵੀ ਨਹੀਂ ਕਿਹਾ ਤਿਆਰ ਹੋਵੋ ਹਾਂ ਘਰ ਵਾਲੇ ਨੂੰ ਵੀ ਨਹੀਂ ਕਿਹਾ ਲਾਲ ਸੂਟ ਪਾ ਲਾ ਅਤੇ ਗੱਡੀ ਮੇਰੇ ਤੋਂ ਪਹਿਲੇ ਪੈ ਗਈ ਆਹ ਪਰਚਾ ਭੁਗਤਾਨ ਕਰ ਲੈਣ ਵਾਸਤੇ ਉਹ ਤੇਰਾ ਵਾਕਫ ਹੋਏਗਾ ਕੋਈ ਨਹੀਂ ਫਿਰ ਮੈਂ ਕਹਿੰਦਾ ਘਰ ਵਾਲੇ ਨੂੰ ਨਾਜ ਜਾਵੇ ਆਈ ਜੀ ਲੈਵਲ ਦਾ ਬੰਦਾ ਕੋਈ ਨਹੀਂ ਆਈ ਜੀ ਭਾਅ ਜੀ ਇਹ ਤਾਂ ਲਾਜ ਤੁਹਾਡੇ ਕੋਲ ਸੁਣ ਰਹੇ ਦਵਾਈਆਂ ਵਰਗੇ ਖੁਦਾ ਦੀ ਕਿਸਮ ਨਹੀਂ ਪੈ ਜਾਗੇ ਮੰਨ ਲਈ ਤੁਸੀਂ ਭਾਅ ਜੀ ਨਾ ਇਹਦੀ ਦਲੀਲ ਕਰਿਆ ਮੈਂ ਗੱਡੀ ਨਹੀਂ ਲੈਂਦਾ ਕਿਆ ਬੰਦਾ ਵਾ ਜੀ ਮੈਂ ਕਿਹਾ ਮੈਂ ਗੱਡੀ ਨਹੀਂ ਲੈਂਦਾ ਕਹਿ ਵੀ ਦਿੱਤਾ ਹੈ ਭਾਅ ਜੀ ਕੋਈ ਗੱਡੀ ਦੀ ਗੱਲ ਨਹੀਂ ਹੈਗੀ ਸ਼ੁਕਰ ਫੋਟੋ ਦਿਲਵਾ ਲੈ ਸ਼ੁਕਰ ਕਰਦੇ ਭਾਅ ਜੀ ਭਾਅ ਜੀ ਅੱਲਾ ਦੀ ਕਦੋਂ ਹਟ ਜਾਓ ਵੀ ਕਰੀ ਜਾਂਦੇ ਭਾਅ ਜੀ ਸ਼ੁਕਰ ਕਰਦੇ ਆ ਸ਼ੁਕਰ ਕਰਦੇ ਬਸ ਭਾਏ ਲੋ ਉਹ ਗੱਲ ਤਾਂ ਸੁਣ ਨਹੀਂ ਬਸ ਉਹ ਕਾਲੀ ਗੱਡੀ 'ਚ ਲੈ ਜਾ
लाश होएगी फिर मैं लेके जाऊ लाल बत्ती गू 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 कर दी मंजी डोली तेरी मैं ओदा नहीं तेरी पौना मंजी डोली तेरी फटाफट गड्डी